ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਦੂਸਰਾ ਟੋਪਿਕ ਹੈ, ਰੈਲੇਵੈਂਸ ਆਫ ਗੁਰੂ ਗ੍ਰੰਥ ਸਾਹਿਬ ਇਨ ਦਾ ਪ੍ਰੈਜੈਂਟ ਟਾਈਮ, ਜਾਂ ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਮਹੱਤਤਾ। ਕਿਆ ਗੁਰੂ ਗ੍ਰੰਥ ਸਾਹਿਬ ਸਿਰਫ ਮੱਥਾ ਟੇਕਣ ਲਈ ਹੈ? ਕਿਆ ਗੁਰੂ ਗ੍ਰੰਥ ਸਾਹਿਬ ਸਾਡੀ ਮੰਗਾਂ ਪੂਰੀ ਕਰਨ ਲਈ ਹੈ? ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੀ ਲਾਈਫ ਦੇ ਵਿੱਚ ਜਾਂ ਸਮਾਜ ਦੇ ਵਿੱਚ ਜੋ ਪ੍ਰੋਬਲਮਸ ਹਨ ਉਹਨਾਂ ਦਾ ਸੋਲਿਊਸ਼ਨ ਹੈ, ਜਾਂ ਮੈਨੂੰ ਜੋ ਕਨਫਿਊਜ਼ਨ ਹੈ ਜਾਂ ਕੁਛ ਨਹੀਂ ਸਮਝ ਆ ਰਿਹਾ ਉਹਦੇ ਵਾਸਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਵੀ ਜ਼ਰੂਰਤ ਹੈ। ਇਸ ਟੋਪਿਕ ਦੇ ਉੱਤੇ ਅੱਜ ਚੇਅਰਮੈਨ ਸਰ ਲੈਕਚਰ ਕਰਨਗੇ। ਸਰ ਨੇ MA ਇਨ ਸਿੱਖ ਸਟੱਡੀਜ਼ ਕੀਤਾ ਔਰ ਕਰੰਟਲੀ ਉਹ PhD ਪਰਸੂ ਕਰ ਰਹੇ ਨੇ ਜਪਜੀ ਸਾਹਿਬ ਦੀ ਮਹੱਤਤਾ ਮਾਨਵੀ ਵਿਕਾਸ ਵਿੱਚ। ਤੋ ਇਸ ਟੋਪਿਕ ਦੇ ਉੱਤੇ ਚੇਅਰਮੈਨ ਸਰ ਗੱਲ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ, ਰੈਲੀਵੈਂਸ ਆਫ ਗੁਰੂ ਗ੍ਰੰਥ ਸਾਹਿਬ। ਰੈਲੀਵੈਂਸ ਦਾ ਪਹਿਲੇ ਮਤਲਬ ਸਮਝੀਏ। ਡਿਕਸ਼ਨਰੀ ਵਿੱਚ ਰੈਲੀਵੈਂਸ ਨੂੰ ਪ੍ਰਸੰਗਤਾ ਕਿਹਾ ਗਿਆ। ਅੱਜ ਜਦੋਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਬੱਚੇ ਜਿਹੜੇ ਨੇ ਉਹ ਬੜਾ ਇਹਨੂੰ ਔਰਥੋਡੋਕਸ ਅਤੇ ਪੁਰਾਣੇ ਖਿਆਲਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲੈਂਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਅੱਜ ਦੇ ਇਸ ਮਾਹੌਲ ਵਿੱਚ, 21ਵੀਂ ਸੈਂਚਰੀ ਦੇ ਇਸ ਸਮਾਜ ਵਿੱਚ ਜਾਂ ਗਲੋਬਲਾਈਜੇਸ਼ਨ ਦੇ ਇਸ ਇਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੀ ਪ੍ਰਸੰਗਤਾ ਹੈ, ਅਸੀਂ ਅੱਜ ਇਸ ਬਾਰੇ ਗੱਲ ਕਰਨੀ ਹੈ। ਪਹਿਲੇ ਅਸੀਂ ਇਹ ਸਮਝੀਏ ਕਿ ਇਨਸਾਨ ਨੂੰ ਇਨਸਾਨੀਅਤ ਦੇ ਦਾਇਰੇ ਵਿੱਚ ਰੱਖਣ ਲਈ ਧਰਮ ਅਤੇ ਧਰਮ ਗ੍ਰੰਥਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਹੁਣ ਜਦੋਂ ਅਸੀਂ ਧਰਮ ਗ੍ਰੰਥਾਂ ਦੀ ਗੱਲ ਕਰੀਏ ਤਾਂ ਇੱਕ ਗੱਲ ਮੈਂ ਆਪਣਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗਾ ਕਿ ਧਰਮ ਗ੍ਰੰਥਾਂ ਦੀ ਜਦੋਂ ਵੀ ਅਸੀਂ ਗੱਲ ਕਰੀਏ, ਜਦੋਂ ਵੀ ਸਾਡਾ ਇਹ ਟੋਪਿਕ ਹੋਵੇ, ਕਦੀ ਵੀ ਧਰਮਾਂ ਦੀ ਨਾ ਧਰਮ ਗ੍ਰੰਥਾਂ ਦੀ ਮੈਰਿਟ ਲਿਸਟ ਨਹੀਂ ਬਣਾਉਣੀ ਚਾਹੀਦੀ। ਅਤੇ ਜੇ ਕਿਤੇ ਜ਼ਿਕਰ ਕਰਨਾ ਵੀ ਪਵੇ ਤਾਂ ਫਿਰ ਵਰਟੀਕਲ ਨਹੀਂ, ਹੋਰੀਜ਼ੈਂਟਲ। ਇਹ ਜਿੰਨੇ ਵੀ ਸਾਡੇ ਰਿਲੀਜੀਅਸ ਸਕ੍ਰਿਪਚਰ ਨੇ, ਚਾਹੇ ਉਹ ਬਾਈਬਲ ਹੈ, ਚਾਹੇ ਉਹ ਕੁਰਾਨ ਹੈ, ਧਰਮ ਗੁਰੂ ਗ੍ਰੰਥ ਸਾਹਿਬ ਹੈ ਜਾਂ ਵੇਦ ਨੇ, ਇਹਨਾਂ ਦਾ ਜ਼ਿਕਰ ਅਸੀਂ ਇਸ ਤਰ੍ਹਾਂ ਕਰੀਏ ਕਿ ਇਹ ਮੈਰਿਟ ਲਿਸਟ ਇਸ ਤਰ੍ਹਾਂ ਨਾ ਹੋਏ ਕਿ ਉਹਦੇ ਸਪਿਰਿਟ ਹੀ ਹੋ ਜਾਏ ਪਹਿਲਾ, ਦੂਸਰਾ, ਤੀਸਰਾ ਨੰਬਰ। ਮੈਂ ਅੱਜ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਭ ਤੋਂ ਵਿਸ਼ੇਸ਼ ਫੀਚਰ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਇਹ ਹੈ ਕਿ ਇਸ ਨੂੰ ਨਵੀਨ ਦ੍ਰਿਸ਼ਟੀਕੋਣ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਗਿਆ ਔਰ ਮਨੁੱਖਤਾ ਲਈ ਇੱਕੋ ਇੱਕ ਜਿਹੜਾ ਧਰਮ ਸਵੀਕਾਰ ਕਰਨ ਦੀ ਗੱਲ ਪਹਿਲੇ ਲੈਕਚਰ ਵਿੱਚ ਗੱਲ ਕੀਤੀ ਸੀ ਕਿ ਧਰਮ ਦੀ ਜਿਹੜੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ, ਦੋਲ ਧਰਮ ਦਿਆ ਕਾ ਪੁੰਤ ਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਭਈ ਕੰਪੈਸ਼ਨ ਐਂਡ ਕੰਟੈਂਟਮੈਂਟ ਵਿਦਆਊਟ ਇਹਨਾਂ ਦੇ ਧਰਮ ਜਿਹੜਾ ਉਹ ਕੰਪਲੀਟ ਨਹੀਂ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਰੈਲੀਫੈਂਸ ਦੀ ਗੱਲ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜਾਣ ਪਛਾਣ ਦੀ ਗੱਲ ਕਰ ਰਹੇ ਹਾਂ ਤਾਂ ਸਮਝਣਾ ਇਹ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਉਹ ਇਸ ਲਈ ਰੈਲੀਵੈਂਸ ਦੀ ਗੱਲ ਕਰ ਰਹੇ ਹਾਂ ਆਪਣੀ ਜਨਰੇਸ਼ਨ ਨੂੰ ਜਾਂ ਆਪਣੇ ਯੰਗੈਸਟਰਸ ਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕੀ, ਜਾਂ ਉਸ ਪਰਮਾਤਮਾ ਨਾਲ ਡਾਇਲੋਗ ਜਦੋਂ ਕਰਨੇ ਨੇ ਤਾਂ ਪਰਮਾਤਮਾ ਕੀ ਹੈ। ਸਮਝਣਾ ਇਸ ਲਈ ਹੈ ਕਿ ਜਦੋਂ ਗੁਰੂ ਸਾਹਿਬ ਕਦੀ ਮਿਲਣ ਤਾਂ ਉਹਨਾਂ ਨੂੰ ਪਹਿਚਾਣ ਸਕੀਏ, ਆਸਾਨੀ ਨਾਲ ਪਹਿਚਾਣ ਸਕੀਏ। ਜਦੋਂ ਗੁਰੂ ਜੀ ਦਰਵਾਜ਼ੇ ਖੁੱਲ੍ਹਣ ਤਾਂ ਸਾਡੀ ਪਿੱਠ ਨਾ ਹੋਵੇ ਉਸ ਪਾਸੇ। ਕ੍ਰਿਸਚੈਨਿਟੀ ਦੇ ਵਿੱਚ ਕ੍ਰਾਈਸਟ ਨੇ ਕਿਹਾ ਸੀ, ਯੂ ਨੋਕ ਦਾ ਡੋਰ ਐਂਡ ਡੋਰ ਵਿਲ ਬੀ ਓਪਨਡ। ਗੁਰੂ ਨਾਨਕ ਕਹਿ ਰਹੇ ਨੇ ਕਿ ਦਰਵਾਜ਼ੇ ਖੁੱਲ੍ਹੇ ਨੇ, ਜ਼ਰੂਰਤ ਸਿਰਫ ਪਹਿਚਾਣਨ ਦੀ ਹੈ, ਸਿਰਫ ਉਹਨੂੰ ਆਈਡੈਂਟੀਫਾਈ ਕਰਨ ਦੀ ਹੈ। ਅਤੇ ਉਹ ਆਈਡੈਂਟੀਫਿਕੇਸ਼ਨ ਤਾਂ ਹੀ ਹੋਏਗੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੈਲੀਵੈਂਸ ਨੂੰ, ਗੁਰੂ ਗ੍ਰੰਥ ਸਾਹਿਬ ਦੀ ਇੰਪੋਰਟੈਂਸ ਨੂੰ ਅਸੀਂ ਸਮਝਾਂਗੇ। ਅੱਜ ਅਸੀਂ ਜਿਸ ਸਿਸਟਮ ਦੇ ਵਿੱਚ ਵਿਚਰ ਰਹੇ ਹਾਂ ਤਾਂ ਸਿਰਫ ਦੋ ਸਿਸਟਮ ਸਾਨੂੰ ਗਵਰਨ ਕਰ ਰਹੇ ਨੇ, ਕੈਪੀਟਲਿਜ਼ਮ ਐਂਡ ਸੋਸ਼ਲਿਜ਼ਮ। ਇਹਨਾਂ ਦੋ ਸਿਸਟਮਾਂ ਦੇ ਵਿੱਚ ਜਿਹੜਾ ਅਸੀਂ ਬਿਲਕੁਲ ਇਸ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਔਰ ਇਹ ਦੋਨੋਂ ਸਿਸਟਮ ਜਿਹੜੇ ਨੇ ਇਹ ਮੁਨਾਫਾਖੋਰ ਨੇ, ਇਹ ਮੁਨਾਫੇ ਦੇ ਅਧਾਰਤ ਨੇ। ਇੱਕ ਦੋ ਸਿਸਟਮ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇੱਕ ਸਿਸਟਮ ਕੋ ਐਗਜ਼ਿਸਟੈਂਸ ਹੈ, ਇੱਕ ਸਿਸਟਮ ਨੋ ਐਗਜ਼ਿਸਟੈਂਸ ਹੈ।
ਐਂਡ ਵੀ ਆਰ ਲਿਵਿੰਗ ਇਨ ਨੋ ਐਗਜ਼ਿਸਟੈਂਸ ਸਿਸਟਮ। ਅੱਜ ਦਾ ਮਨੁੱਖੀ ਸਮਾਜ ਜਿਹੜਾ ਉਹ ਬੜੇ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਿਹਾ। ਆਰਥਿਕ ਪ੍ਰੋਬਲਮਸ ਨੇ, ਅੱਤਵਾਦ ਦੀਆਂ ਪ੍ਰੋਬਲਮਸ, ਵੱਖਵਾਦ ਦੀਆਂ ਪ੍ਰੋਬਲਮਸ, ਖਿੱਤਾਵਾਦ ਦੀਆਂ ਪ੍ਰੋਬਲਮਸ, ਨਿੱਜਵਾਦ ਦੀਆਂ ਪ੍ਰੋਬਲਮਸ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਿਮਾਰੀਆਂ, ਨਸ਼ੇ, ਪ੍ਰਦੂਸ਼ਣ, ਇਸਤਰੀਆਂ ਨਾਲ ਜ਼ਿਆਦਤੀਆਂ, ਸੁਸਾਈਡ, ਡਿਪਰੈਸ਼ਨ, ਐਸੀਆਂ ਪ੍ਰੋਬਲਮਸ, ਐਸੀਆਂ ਗੰਭੀਰ ਸਮੱਸਿਆਵਾਂ ਜਿਹੜੀਆਂ ਸਾਡੇ ਯੰਗੈਸਟਰ ਔਰ ਸਾਡੇ ਸਾਹਮਣੇ ਆ ਰਹੀਆਂ ਨੇ। ਐਂਡ ਯੂ ਬਿਲੀਵ ਮੀ, ਇਹਨਾਂ ਸਾਰੀਆਂ ਸਮੱਸਿਆਵਾਂ ਦਾ, ਇਹਨਾਂ ਸਾਰੀਆਂ ਪ੍ਰੋਬਲਮਸ ਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਹਿਊਮਨ ਮੈਂਟੈਲਿਟੀ। ਸਾਡੀ ਜਿਹੜੀ ਮੈਂਟੈਲਿਟੀ ਹੈ ਉਹ ਇਸ ਗਲੋਬਲਾਈਜੇਸ਼ਨ ਸਿਸਟਮ ਦੇ ਹਿਸਾਬ ਨਾਲ ਹੋ ਗਈ ਹੈ। ਮਨੁੱਖ ਆਪਣੀ ਅਕਲ ਦੇ ਸਿਰ ਨਾਲ, ਅਕਲ ਦੇ ਨਾਲ ਜਿਹੜਾ ਟੈਕਨੋਲੋਜੀ ਦੇ ਨਾਲ ਅੱਜ ਇਤਨੀ ਜ਼ਿਆਦਾ ਅੱਗੇ ਪਹੁੰਚ ਗਿਆ ਕਿ ਐਸੀਆਂ ਐਸੀਆਂ ਮਿਜ਼ਾਈਲਸ ਦੀ ਸਿਰਜਣਾ ਕਰ ਲਈ ਹੈ ਜਿਨ੍ਹਾਂ ਨੂੰ ਆਪਣੀ ਅਕਲ ਦੇ ਨਾਲ ਉਹ ਉਹਨਾਂ ਮਿਜ਼ਾਈਲਸ ਨੂੰ ਜਾਂ ਉਸ ਟੈਕਨੋਲੋਜੀ ਨੂੰ ਇਸ ਤਰ੍ਹਾਂ ਵਰਤ ਰਿਹਾ ਕਿ ਅਗਰ ਉਹ ਪ੍ਰੈਕਟੀਕਲੀ ਇੱਥੇ ਸਾਰਾ ਕੁਝ ਹੋ ਜਾਏ ਤਾਂ ਨਿਸ ਦੁਨੀਆ ਜਿਹੜੀ ਹੈ ਨਿਸਤੋਂ ਨਾਬੂਦ ਹੋ ਜਾਏ। ਗੁਰਬਾਣੀ ਦੇ ਵਿੱਚ ਇਹਨਾਂ ਲਈ ਮੈਨੂੰ ਬੜਾ ਹੈਰਾਨ ਹੁੰਦਾ, 500 ਸਾਲ ਪਹਿਲੇ ਕਰਤੂਤ ਪਸ਼ੂ ਕੀ ਮਾਨਸ ਜਾਤ, ਤੋ ਇਹ ਜਿਹੜੀ ਐਕਸਪੈਰੀਮੈਂਟ ਕਰ ਰਹੇ ਨੇ ਅੱਜ, ਹੁਣੇ ਕੋਰੀਆ ਨੇ ਇੱਕ ਐਕਸਪੈਰੀਮੈਂਟ ਕੀਤਾ, ਉਹਨੇ ਇੰਨਾ ਜਿਹਾ ਮੁਲਕ ਹੈ ਉਸਨੇ ਕਹਿ ਦਿੱਤਾ ਕਿ ਅਸੀਂ ਇੱਕ ਬਟਨ ਦੇ ਨਾਲ ਅਮਰੀਕਾ ਵਰਗੇ ਮੁਲਕ ਨੂੰ ਜੋ ਹੈ ਨਿਸਤੋਂ ਨਾਬੂਦ ਕਰ ਸਕਦੇ ਹਾਂ। ਤੋ ਮੈਂ ਉਸ ਟੈਕਨੋਲੋਜੀ ਦੀ ਗੱਲ ਕਰ ਰਿਹਾ। ਹੁਣ ਹੁੰਦਾ ਕੀ ਹੈ ਆਮ ਜ਼ਿੰਦਗੀ ਦੇ ਵਿੱਚ, ਵਨ ਹੂ ਕ੍ਰੀਏਟ ਸਮਥਿੰਗ ਆਲਵੇਜ਼ ਹਾਇਰ ਦੈਨ ਵਟ ਹੈਜ਼ ਬੀਨ ਕ੍ਰੀਏਟਿਡ, ਜਿਹੜਾ ਕੋਈ ਚੀਜ਼ ਬਣਾਉਂਦਾ ਹੈ ਨੇਚਰਲੀ ਉਹ ਵੱਡਾ ਹੈ ਅਤੇ ਦੂਸਰਾ ਜਿਹੜੀ ਚੀਜ਼ ਬਣੀ ਹੈ ਉਹ ਛੋਟੀ ਹੈ। ਹੁਣ ਗੋਡ ਕ੍ਰੀਏਟਿਡ ਮੈਨ, ਮੈਨ ਕ੍ਰੀਏਟਿਡ ਟੈਕਨੋਲੋਜੀ, ਪ੍ਰੋਪਰ ਆਰਡਰ ਤਾਂ ਇਹ ਹੋਣਾ ਚਾਹੀਦਾ ਨਾ, ਪਰਮਾਤਮਾ, ਮੈਨ, ਟੈਕਨੋਲੋਜੀ। ਅੱਜ ਕੀ ਹੈ? ਟੈਕਨੋਲੋਜੀ, ਮੈਨ, ਤੀਸਰੇ ਨੰਬਰ 'ਤੇ ਗੋਡ। ਇਹ ਸਾਡੀ ਹਕੀਕੀ ਹੈ, ਗਰਾਊਂਡ ਰਿਐਲਿਟੀ ਹੈ। ਹੁਣ ਟੈਕਨੋਲੋਜੀ ਨੇ ਕੀ ਕੀਤਾ? ਟੈਕਨੋਲੋਜੀ ਇਜ਼ ਗਾਈਡਿੰਗ ਮਿਜ਼ਾਈਲਸ ਐਂਡ ਮਿਸਗਾਈਡਿੰਗ ਮੈਨ, ਜਿਹੜੀ ਪ੍ਰੈਕਟੀਕਲੀ ਅਸੀਂ ਦੇਖ ਰਹੇ ਹਾਂ। ਤੋ ਅੱਜ ਗਲੋਬਲ ਵਿਲੇਜ ਦੀ ਜਦੋਂ ਗੱਲ ਕਰਦੇ ਹਾਂ, ਆਮ ਤੌਰ 'ਤੇ ਕਹਿੰਦੇ ਹਾਂ ਪੂਰਾ ਸੰਸਾਰ ਇੱਕ ਘਰ ਬਣ ਕੇ ਰਹਿ ਗਿਆ, ਬਟ ਆਈ ਐਮ ਸੋਰੀ, ਇਹ ਘਰ ਬਿਖਰ ਰਿਹਾ, ਇਹ ਘਰ ਤਬਾਹ ਹੋ ਰਿਹਾ। ਰਿਸ਼ਤੇ ਨਾਤੇ, ਧਰਮ ਕਰਮ, ਬੱਚੇ ਆਪਣੇ ਮਾਂ ਬਾਪ ਦਾ ਸਤਿਕਾਰ ਨਹੀਂ ਕਰ ਰਹੇ, ਇਹ ਸਭ ਕੁਛ ਜੋ ਹੋ ਰਿਹਾ ਇਹ ਕਿੱਥੇ ਨਾ ਕਿੱਥੇ ਇਸ ਦੇ ਪਿੱਛੇ ਟੈਕਨੋਲੋਜੀ ਹੈ ਜਾਂ ਗਲੋਬਲਾਈਜੇਸ਼ਨ ਦਾ। ਮਨੁੱਖ ਦੀਆਂ ਸਾਰੀਆਂ ਕੁਦਰਤੀ ਸ਼ਕਤੀਆਂ ਜੋ ਪਰਮਾਤਮਾ ਨੇ ਸਾਨੂੰ ਦਿੱਤੀਆਂ ਸੀ, ਉਹ ਸਾਰੀ ਐਨਰਜੀ ਜਿਹੜੀ ਹੈ ਉਹ ਅਸੀਂ ਬੇਮਤਲਬ ਦੀਆਂ ਗੱਲਾਂ ਦੇ ਵਿੱਚ ਆਪਣੇ ਸਰੀਰਕ ਸੁੱਖਾਂ ਲਈ ਜਿਹੜੀਆਂ ਵਰਤ ਰਹੇ ਹਾਂ। ਦੇਖੋ, ਗਲੋਬਲਾਈਜੇਸ਼ਨ ਨੇ ਕੀਤਾ ਕਿ ਗਲੋਬਲਾਈਜੇਸ਼ਨ ਨੇ ਪਹਿਲੇ ਮਨੁੱਖ ਨੂੰ ਨੇਚਰ ਤੋਂ ਤੋੜ ਦਿੱਤਾ, ਕੁਦਰਤ ਤੋਂ ਤੋੜ ਦਿੱਤਾ, ਫਿਰ ਸਮਾਜ ਨਾਲੋਂ ਤੋੜਿਆ, ਐਂਡ ਹੁਣ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਦੀ ਗੱਲ ਜਿਹੜੀ ਹੋ ਰਹੀ ਹੈ ਔਰ ਅਸੀਂ ਪਰਿਵਾਰਾਂ ਵਿੱਚ ਦੇਖ ਰਹੇ ਹਾਂ, ਮਾਤਾ ਪਿਤਾ, ਪੁੱਤਰ ਪਿਓ, ਭਰਾ ਆਪਸ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਅਸੀਂ ਆਪਣੇ ਸਾਰਾ ਕੁਛ ਐਕਸਪੀਰੀਅੰਸ ਕਰ ਰਹੇ ਹਾਂ। ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਅਗਰ ਮਨੁੱਖ ਦੁਖੀ ਹੈ ਤਾਂ ਇਹ ਸਪਸ਼ਟ ਹੈ ਉਸਦੇ ਸੋਚਣ ਦਾ ਜਾਂ ਉਹਦੇ ਜੀਵਨ ਜੀਣ ਦਾ ਢੰਗ ਗਲਤ ਹੈ, ਪਰ ਅਸੀਂ ਕਦੀ ਇਸ ਤਰ੍ਹਾਂ ਸੋਚਦੇ ਨਹੀਂ ਹਾਂ। ਦੁੱਖ ਇਹ ਸੂਚਨਾ ਹੈ ਮਨੁੱਖ ਲਈ ਕਿ ਕਿੱਥੇ ਨਾ ਕਿੱਥੇ ਅਸੀਂ ਕੁਦਰਤ ਦਾ ਨਿਯਮ ਵਾਇਲੇਟ ਕੀਤਾ, ਡਿਵਾਈਨ ਲਾਅ ਵਾਇਲੇਟ ਕੀਤਾ। ਕੋਈ ਦੁੱਖ ਆ ਗਿਆ, ਸਰੀਰਕ ਦੁੱਖ ਵੀ ਆ ਗਿਆ, ਅਸੀਂ ਕੋਈ ਮੈਡੀਸਿਨ ਲੈ ਲਈ, ਡਾਕਟਰ ਕੋਲ ਚਲਾ ਗਿਆ, ਪਰ ਕਦੀ ਇਹ ਨਹੀਂ ਸੋਚਿਆ ਵੀ ਅਸੀਂ ਕਿਹੜੇ ਡਿਵਾਈਨ ਲਾਅ ਨੂੰ, ਨੇਚਰ ਦੇ ਕਿਹੜੇ ਲਾਅ ਨੂੰ ਅਸੀਂ ਵਾਇਲੇਟ ਕੀਤਾ ਜਿਸ ਕਰਕੇ ਇਹ ਸਾਡੇ 'ਤੇ ਜਿਹੜੇ ਨੇ ਇਹ ਦੁੱਖ ਜਾਂ ਬਿਪਤਾ ਆਈ ਹੈ। ਸਪਿਰਚੁਅਲਿਟੀ ਕਹਿੰਦੀ ਹੈ, ਬਲਕਿ ਕਈ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਸੰਕੇਤ ਨੇ ਕਿ ਜਿਹੜੇ ਦੁੱਖ ਸੁੱਖ ਨੇ, ਪੁੰਨ ਅਤੇ ਪਾਪ ਨੇ, ਇਹ ਲਾਅ ਆਫ ਨੇਚਰ ਨਾਲ ਸੰਬੰਧਿਤ ਨੇ, ਕੁਦਰਤ ਦੇ ਲਾਅ ਨਾਲ, ਕੁਦਰਤ ਦੇ ਕਾਨੂੰਨ ਨਾਲ ਇਹ ਸੰਬੰਧਿਤ ਨੇ। ਔਰ ਜਦੋਂ ਜਦੋਂ ਵੀ ਅਸੀਂ ਕੁਦਰਤ ਨੂੰ ਵਾਇਲੇਟ ਕਰਦੇ ਹਾਂ, ਇੱਥੋਂ ਤੱਕ ਕਹਿਤਾ ਕਿ ਜਦੋਂ ਕੁਦਰਤ ਨੂੰ ਵਾਇਲੇਟ ਕਰਦੇ ਹਾਂ ਉਹ ਦੁੱਖਾਂ ਦਾ ਸੂਚਕ ਹੈ ਜਾਂ ਉਹ ਪਾਪ ਹੈ, ਜਦੋਂ ਕੁਦਰਤ ਨਾਲ ਅਸੀਂ ਰਿਕਮਿਕ ਜਾਂਦੇ ਹਾਂ ਉਹ ਪੁੰਨ ਹੈ। ਤੋ ਪੁੰਨ ਪਾਪ ਜਿਹੜੇ ਨੇ ਉਹ ਕੁਦਰਤ ਦੇ ਨਾਲ, ਜਦੋਂ ਗੁਰੂ ਨਾਨਕ ਸਾਹਿਬ ਨੇ ਜਾਂ ਜਦੋਂ ਕਹਿ ਦਿੱਤਾ ਬਈ ਇਹ ਕੁਦਰਤ ਦੇ ਵਿੱਚ ਹੀ ਰੱਬ ਵਸਿਆ, ਅਤੇ ਜਦੋਂ ਕੁਦਰਤ ਨੂੰ ਵਾਇਲ ਕਰਦੇ ਹਾਂ ਤਾਂ ਇੱਥੇ ਕਿੱਥੇ ਨਾ ਕਿੱਥੇ ਅਸੀਂ ਰੱਬ ਨੂੰ ਵੀ ਵਾਇਲੇਟ ਕਰਦੇ ਹਾਂ। ਮੈਂ ਇੱਕ 1836 ਦੀ ਲਿਖੀ ਕਿਤਾਬ ਪੜ੍ਹ ਰਿਹਾ ਸੀ,
ਅਤੇ ਉਹਦੇ ਪਹਿਲੇ ਸਫ਼ੇ 'ਤੇ ਲਿਖਿਆ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਭਰਮ ਅਗਿਆਨਤਾ ਹੈ। ਦੁਨੀਆ ਦਾ ਸਭ ਤੋਂ ਭਰਮ ਵੱਡਾ ਅਗਿਆਨਤਾ, ਔਰ ਇਹ ਅਗਿਆਨਤਾ ਰਾਜਸੀ ਅਗਿਆਨਤਾ ਵੀ, ਇਹ ਅਗਿਆਨਤਾ ਸਮਾਜਿਕ ਅਗਿਆਨਤਾ ਵੀ, ਇਹ ਅਗਿਆਨਤਾ ਧਾਰਮਿਕ ਵੀ ਹੈ। ਔਰ ਜਿਹੜੀ ਧਾਰਮਿਕ ਅਗਿਆਨਤਾ ਹੈ ਇਹ ਸਮਾਜ ਨੂੰ ਅਤੇ ਰਾਜ ਨੂੰ ਵੀ ਖਤਮ ਕਰ ਦਿੰਦੀ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਗਮਨ ਨਾਲ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਧਾਰਮਿਕ ਅਗਿਆਨਤਾ ਨੂੰ ਦੂਰ ਕਰਨ ਦਾ ਕੰਮ ਕੀਤਾ। ਆਪਾਂ ਹਿਸਟਰੀ ਤੌਰ 'ਤੇ ਵੀ ਗੁਰੂ ਨਾਨਕ ਸਾਹਿਬ ਨੂੰ ਦੇਖੀਏ, ਭਾਵੇਂ ਉਹ ਮੱਕੇ ਗਏ ਨੇ, ਭਾਵੇਂ ਉਹ ਹਰਿਦੁਆਰ ਗਏ ਨੇ, ਜਿੰਨੀਆਂ ਕਰਮ ਕਾਂਡ ਅਤੇ ਧਾਰਮਿਕ ਅਗਿਆਨਤਾਵਾਂ ਨੇ ਉਹ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਢੰਗ ਨਾਲ ਜੋ ਹੈ ਇਹ ਸਾਡੇ ਸਾਹਮਣੇ ਪੇਸ਼ ਕੀਤੀਆਂ। ਗੁਰੂ ਸਾਹਿਬ ਕਿਹੜੀ ਵਿੱਦਿਆ ਦੀ ਗੱਲ ਕਰਦੇ ਨੇ, ਗੁਰੂ ਸਾਹਿਬ ਕਿਹੜੀ ਗਿਆਨ ਦੀ ਗੱਲ ਕਰਦੇ ਨੇ, ਉਹ ਗਿਆਨ ਜਿਹੜਾ ਅਗਿਆਨਤਾ ਨੂੰ ਦੂਰ ਕਰੇ, ਜਿਹੜਾ ਐਸੀ ਵਿੱਦਿਆ ਜਿਸ ਨਾਲ ਮਨੁੱਖ ਬ੍ਰਹਮ ਰੂਪ ਨੂੰ ਪਹਿਚਾਣ ਸਕੇ। ਗੁਰੂ ਸਾਹਿਬ ਉਸ ਵਿਗਿਆਨ ਵਿੱਦਿਆ ਦੀ ਔਰ ਉਸ ਗਿਆਨ ਦੀ ਗੱਲ ਕਰ ਰਹੇ ਨੇ ਜਿਸ ਨਾਲ ਆਤਮ ਗਿਆਨ ਹੋ ਜਾਵੇ, ਤਾਂ ਕਿ ਸੱਤ ਜੋ ਹੈ ਉਸ ਨੂੰ ਉਸੇ ਤਰ੍ਹਾਂ ਹੀ ਪਹਿਚਾਨਣਾ ਆ ਜਾਵੇ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਵਿੱਚ ਸਮੁੱਚਤਾ ਹੈ, ਸਰਬੱਤ ਦਾ ਭਲਾ ਹੈ। ਜਿਹੜੀ ਮਲਟੀ ਡਾਇਮੈਂਸ਼ਨਲ ਜਿਹੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲੇਗੀ, ਕੰਟੀਨਿਊਸ ਐਵੋਲਿਊਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹਾਰਮਨੀ ਵਿਦ ਨੇਚਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਦੇਖੋ ਅੱਜ ਦੁਨੀਆ ਵਿੱਚ ਇੱਕ ਨਵੀਂ ਟਰਮ ਡਿਵੈਲਪ ਹੋਈ ਹੈ, ਉਹ ਹੈ ਪੋਜ਼ਿਟਿਵ ਥਿੰਕਿੰਗ, ਜਾਂ ਕਹਿ ਲਈਏ ਪੋਜ਼ਿਟਿਵ ਸਾਈਕੋਲੋਜੀ। ਪੋਜ਼ਿਟਿਵ ਸਾਈਕੋਲੋਜੀ ਦੱਸਦੀ ਹੈ ਕਿ ਮਨੁੱਖ ਦੀ ਲਾਈਫ ਨੂੰ ਵਰਦੀ ਕਿਵੇਂ ਬਣਾਉਣਾ, ਮਨੁੱਖ ਦੀ ਲਾਈਫ ਨੂੰ ਆਦਰਸ਼ਕ ਆਈਡੀਅਲ ਕਿਵੇਂ ਬਣਾਉਣਾ, ਇਸ ਨੂੰ ਪਰਪਸਫੁੱਲ ਕਿਵੇਂ ਬਣਾਉਣਾ, ਤਾਂ ਕਿ ਇਹ ਆਪਣੇ ਪਰਿਵਾਰ, ਆਪਣੇ ਸਮਾਜ ਲਈ ਜਾਂ ਆਪਣੇ ਦੇਸ਼ ਲਈ ਕੰਮ ਆਵੇ। ਅਸੀਂ ਸਾਰੇ ਗਲੋਬਲਾਈਜੇਸ਼ਨ ਦੇ ਏਰਾ ਦੇ ਵਿੱਚ ਜੀ ਰਹੇ ਹਾਂ, ਵਿਚਰ ਰਹੇ ਹਾਂ, ਅਤੇ ਸੰਸਾਰ ਦੇ ਵਿੱਚ ਸਭ ਲੋਕ ਅਸੀਂ ਕੁਨੈਕਟਿਡ ਹੋ ਗਿਆ ਇੱਕ ਦਿਨ। ਨਾਓ ਵੀ ਆਰ ਗਲੋਬਲੀ ਸਿਟੀਜ਼ਨ, ਆਪਣੇ ਆਪ ਨੂੰ ਅਸੀਂ ਇੰਡੀਅਨ ਸਿਟੀਜ਼ਨ ਵੀ ਕਹਿ ਲੈਂਦੇ ਹਾਂ, ਗਲੋਬਲੀ ਸਿਟੀਜ਼ਨ ਵੀ ਹੋ ਗਏ। ਵੱਖ ਵੱਖ ਕਲਚਰ ਦੇ ਲੋਕ, ਵੱਖ ਵੱਖ ਧਰਮਾਂ ਦੇ ਲੋਕ, ਵੱਖ ਵੱਖ ਭਾਸ਼ਾਵਾਂ ਦੇ ਲੋਕ, ਅਸੀਂ ਇੱਕ ਦੇ ਨਾਲ ਇਤਨੇ ਜ਼ਿਆਦਾ ਸੰਬੰਧਿਤ ਹੋ ਚੁੱਕੇ ਹਾਂ, ਇਤਨੇ ਨੇੜੇ ਆ ਚੁੱਕੇ ਹਾਂ। ਤਾਂ ਉਸ ਲਈ ਸਾਨੂੰ ਜੋ ਗੁਰੂ ਨਾਨਕ ਸਾਹਿਬ 500 ਸਾਲ ਪਹਿਲੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੱਲਾਂ ਸਾਨੂੰ ਸਮਝਾ ਦਿੱਤੀਆਂ ਨੇ ਕਿ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਗਲੋਬਲ ਵਿਜ਼ਨ ਦੇਖੋ, ਮੈਂ ਇਸਨੂੰ ਕੋਸਮਸ ਵਿਜ਼ਨ ਵੀ ਕਹਿ ਦਿੰਦਾ, ਕਿ ਅੱਜ ਅਸੀਂ ਜੋ ਹੋ ਰਿਹਾ ਹੈ ਖਾਸ ਕਰਕੇ ਪਿਛਲੇ 1.5-2 ਸਾਲ ਤੋਂ, ਕਿ ਅਸੀਂ ਆਪਣੇ ਹਿਸਾਬ ਨਾਲ, ਆਪਣੀਆਂ ਸਹੂਲਤਾਂ ਨਾਲ ਅੱਛੇ ਅਤੇ ਬੁਰੇ ਦਾ, ਬੈਡ ਐਂਡ ਗੁੱਡ ਦਾ ਅਸੀਂ ਆਪ ਡਿਸੀਜ਼ਨ ਕਰਦੇ ਹਾਂ ਔਰ ਕੀਤਾ ਜਾ ਰਿਹਾ। ਮੈਂ ਗੱਲ ਕੀਤੀ ਸੀ ਸੰਗਤ ਪੰਗਤ ਵਿੱਚ ਛੂਆਛਾਤ ਦੀ, ਇਹ ਛੂਆਛਾਤ ਇੱਕ ਤਾਂ ਹੁੰਦਾ ਫਿਜ਼ੀਕਲੀ ਅਨਟੱਚਬਿਲਟੀ, ਇੱਕ ਹੁੰਦੀ ਹੈ ਆਈਡੋਲੋਜੀ ਅਨਟੱਚਬਿਲਟੀ। ਗੁਰੂ ਗ੍ਰੰਥ ਸਾਹਿਬ ਅਨਟੱਚਬਿਲੀ ਜਿਹੜੀ ਆਈਡੋਲੋਜੀ ਦੀ ਹੈ ਉਸ ਬਾਰੇ ਵੀ ਸਾਨੂੰ ਸੇਧ ਦੇ ਰਹੇ ਨੇ, ਮੈਂ ਅੱਗੇ ਆ ਕੇ ਗੱਲ ਕਰਾਂਗਾ। ਜਿੱਥੇ ਫਿਜ਼ੀਕਲ ਅਨਟੱਚਬਿਲਟੀ ਦੀ ਨੂੰ ਦੂਰ ਕਰਨ ਦੀ ਗੱਲ ਕੀਤੀ, ਉੱਥੇ ਜਿਹੜੀ ਆਈਡੋਲੋਜੀਕਲ ਅਨਟੱਚਬਿਲਟੀ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਾਨੂੰ ਸੰਬੋਧਨ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਨਕਾਰਦੇ ਨੇ ਆਈਡੋਲੋਜੀਕਲ ਜਿਹੜੀ ਅਨਟੱਚਬਿਲਟੀ ਹੈ। ਸਹੂਲਤਾਂ ਮੁਤਾਬਕ ਅਸੀਂ ਨਾਪਸੰਦ ਲੋਕਾਂ ਨੂੰ ਕਰ ਰਹੇ ਹਾਂ, ਸਹੂਲਤਾਂ ਮੁਤਾਬਕ ਅਸੀਂ ਉਸ ਨੂੰ ਆਪਣੀ ਸੁਸਾਇਟੀ 'ਚੋਂ ਦੂਰ ਕਰ ਰਹੇ ਹਾਂ। ਇਨਟੋਲਰੈਂਸ, ਪਿਛਲੇ 1.5-2 ਸਾਲ ਤੋਂ ਬੜਾ ਸ਼ਬਦ ਯੂਜ਼ ਹੋ ਰਿਹਾ, ਇਨਟੋਲਰੈਂਸ ਦੀ ਗੱਲ ਹੋ ਰਹੀ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਡਾਇਵਰਸਿਟੀ ਦੀ ਗੱਲ ਕੀਤੀ, ਪਲੋਰਿਜ਼ਮ ਦੀ ਗੱਲ ਕੀਤੀ, ਇਨਕਲੂਜ਼ਨ ਦੀ ਗੱਲ ਕੀਤੀ, ਅਤੇ ਉਹ ਕੀ ਕਹਿ ਰਹੇ ਨੇ ਅਸੰਖ ਦੀ ਪੌੜੀਆਂ ਦੇ ਵਿੱਚ, ਇਹਨੂੰ ਸਮਝਣਾ ਥੋੜ੍ਹਾ ਜਿਹਾ। ਉਹ ਕਹਿ ਰਹੇ ਨੇ ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਮੈਂ ਵਿੱਚੋਂ ਲੈ ਰਿਹਾ ਜਿਹੜੀਆਂ ਮੇਨ ਗੱਲਾਂ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਤਾਰ, ਨਾਲ ਹੀ ਫਿਰ ਅੱਗੇ ਕਹਿ ਰਹੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਿਰਾਏ। ਹੁਣ ਅਸੰਖ ਨਿੰਦਕ ਸਿਰ ਕਰੈ ਭਾਰ, ਕਿਸੇ ਵੀ ਧਰਮ ਨੂੰ, ਕਿਸੇ ਵੀ ਧਰਮ ਦੇ ਗ੍ਰੰਥ ਨੂੰ ਗੁਰੂ ਨਾਨਕ ਸਾਹਿਬ ਇਹਨਾਂ ਪੌੜੀਆਂ ਦੇ ਵਿੱਚ ਇਹਨੂੰ ਧਿਆਨ ਨਾਲ ਸਮਝੋਗੇ, ਨਕਾਰ ਨਹੀਂ ਰਹੇ। ਅਲੱਗ ਅਲੱਗ ਫਿਤਰ ਦੇ ਲੋਕਾਂ ਨੂੰ, ਚਾਹੇ ਉਹ ਮੂਰਖ ਨੇ, ਚਾਹੇ ਉਹ ਚੋਰ ਨੇ, ਚਾਹੇ ਉਹ ਹਰਾਮਖੋਰ ਨੇ, ਚਾਹੇ ਉਹ ਪਾਪੀ ਨੇ, ਚਾਹੇ ਉਹ ਕੂੜੇ ਨੇ, ਚਾਹੇ ਉਹ ਨਿੰਦਕ ਨੇ, ਉਹਨਾਂ ਨੂੰ ਬਾਈਕਆਊਟ ਕਰਨ ਲਈ ਨਹੀਂ ਕਹਿ ਰਹੇ ਗੁਰੂ ਨਾਨਕ ਸਾਹਿਬ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਮੈਂ ਵਾਰ ਵਾਰ ਇਸੇ ਲਈ ਕਹਿੰਦਾ ਕਿ ਇਸ ਨੂੰ ਆਪਾਂ ਬਿਹਾਈਂਡ ਦੀ ਲਾਈਨ ਸਮਝੀਏ। ਉਹਨਾਂ ਨੂੰ ਰਿਜੈਕਟ ਨਹੀਂ ਕਰ ਰਹੇ ਗੁਰੂ ਸਾਹਿਬ,
ਬਲਕਿ ਉਹਨਾਂ ਦੀ ਹੋਂਦ ਨੂੰ ਐਕਨੋਲੇਜ ਕਰ ਰਹੇ ਨੇ ਤਾਂ ਕਿ ਰਿਫੋਰਮ ਲਿਆਇਆ ਜਾ ਸਕੇ। ਉਹਨਾਂ ਦੀ ਹੋਂਦ ਨੂੰ ਇਸ ਲਈ ਐਕਨੋਲੇਜ ਕਰ ਰਹੇ ਨੇ ਕਿ ਇਸ ਧਰਤੀ 'ਤੇ ਭਗਤ ਵੀ ਹੈਗੇ, ਅਥੰਕ ਸਤੀ ਦੇ ਸਤੀ ਵੀ ਨੇ ਅਤੇ ਅਥੰਕ ਮੂਰਖ ਵੀ ਨੇ, ਅਥੰਕ ਨਿੰਦਕ ਵੀ ਨੇ ਇੱਥੇ। ਉਹਨਾਂ ਸਭ ਨੂੰ ਐਕਨੋਲੇਜ ਐਕਸੈਪਟ ਕਰ ਰਹੇ ਨੇ, ਐਕਨੋਲੇਜ ਕਰ ਰਹੇ ਨੇ। ਇਹ ਨਹੀਂ ਕਹਿ ਰਹੇ ਉਹਨਾਂ ਨੂੰ ਸੋਸਾਇਟੀ ਤੋਂ ਬਾਹਰ ਕੱਢ ਦਿਓ। ਤਾਂ ਸੋਸ਼ਲ ਰਿਫੋਰਮ ਜਿਹੜਾ ਲਿਆਉਣ ਲਈ ਸਭ ਤੋਂ ਪਹਿਲਾਂ ਜਿਹੜਾ ਅਸੂਲ ਹੈ ਉਹ ਇਹੀ ਹੁੰਦਾ, ਉਹਨਾਂ ਨੂੰ ਐਕਨੋਲੇਜ ਕਰੋ ਜਾਂ ਉਹਨਾਂ ਨੂੰ ਐਕਸੈਪਟ ਕਰੋ। ਐਕਸੈਪਟੈਂਸ ਦੀ ਬੇਸ ਜਿਹੜੀ ਖੜੀ ਹੈ ਉਹ ਟੋਲਰੈਂਸ ਬੇਸ ਹੈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਸਾਰਿਆਂ ਦੀ ਹੋਂਦ ਨੂੰ ਸਵੀਕਾਰ ਕਰੋ, ਭਾਵੇਂ ਉਹ ਸੱਜਣ ਠੱਗ ਹੈ, ਭਾਵੇਂ ਉਹ ਕੋਡਾ ਰਾਕਸ਼ ਹੈ, ਭਾਵੇਂ ਮਲਕ ਭਾਗੋ ਹੈ। ਜੇ ਉਹਨੂੰ ਸਹੀ ਰਸਤੇ 'ਤੇ ਲਿਆਏ ਤਾਂ ਪਹਿਲਾਂ ਉਹਨਾਂ ਨੂੰ ਐਕਸੈਪਟ ਕੀਤਾ, ਉਹਨਾਂ ਨੂੰ ਐਕਨੋਲੇਜ ਕੀਤਾ, ਫਿਰ ਉਹਨਾਂ ਨਾਲ ਕਮਿਊਨੀਕੇਸ਼ਨ ਕੀਤਾ, ਔਰ ਫਿਰ ਉਹਨਾਂ ਨੂੰ ਸੱਜਣ ਠੱਗ ਤੋਂ ਉਹਨੂੰ ਸੱਜਣ ਬਣਾਇਆ, ਸੱਜਣ ਠੱਗ ਨੂੰ ਸਵੀਕਾਰ ਕਰਕੇ ਸੱਜਣ ਬਣਾ ਦਿੱਤਾ। ਹਜ਼ਾਰਾਂ ਸੱਜਣ ਠੱਗ, ਹਜ਼ਾਰਾਂ ਮਲਕ ਭਾਗੋ, ਹਜ਼ਾਰਾਂ ਕੋਡੇ ਰਾਕਸ਼ਾਂ ਨੂੰ ਆਪਣੇ ਰਾਹ 'ਤੇ ਚਲਾਇਆ ਗੁਰੂ ਨਾਨਕ ਸਾਹਿਬ ਨੇ। ਇਹ ਸਾਡੇ ਸਾਹਮਣੇ ਇਤਿਹਾਸਕ ਤੌਰ 'ਤੇ ਅਸੀਂ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਦਾ ਧਰਮ ਜੋ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਧਰਮ ਦਾ ਜੋ ਸਿਧਾਂਤ ਹੈ ਉਹ ਇੱਕ ਐਸਾ ਜੀਵਨ ਹੈ ਜੋ ਇੱਜ਼ਤ ਵਾਲਾ ਹੋਵੇ, ਬੈਰਹਿਤ ਹੋਵੇ। ਗੁਰੂ ਗ੍ਰੰਥ ਸਾਹਿਬ ਦਾ ਧਰਮ ਆਜ਼ਾਦੀ ਹੈ। ਹੁਣੇ ਆਜ਼ਾਦੀ ਦੀ ਗੱਲ ਕਰ ਰਹੇ ਸਨ, ਆਜ਼ਾਦੀ ਕਿਹੜੀ? ਇੰਟਰਨਲ। ਸਭ ਤੋਂ ਵੱਡੀ ਆਜ਼ਾਦੀ ਆਪਣੀ ਕਮਜ਼ੋਰੀਆਂ ਤੋਂ ਆਜ਼ਾਦ ਹੋਣਾ ਹੈ। ਸਭ ਤੋਂ ਜਿਹੜਾ ਵੱਡੀ ਆਜ਼ਾਦੀ ਉਹ ਆਪਣੇ ਅੰਦਰ ਜਿਹੜੇ ਪੰਜ ਚੋਰ ਨੇ ਉਹਨਾਂ ਤੋਂ ਜੈ ਉਹਨਾਂ ਨਾਲ ਬੈਲੈਂਸ ਰੱਖਣਾ ਹੈ। ਮਨੁੱਖੀ ਵਿਕਾਸ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਗਲੋਬਲੀ ਵਿਕਾਸ ਦੀ ਗੱਲ ਕਰਦੇ ਨੇ। ਇਹ ਨਹੀਂ ਕਹਿੰਦੇ ਮੇਰੇ ਸਿੱਖਾਂ ਦਾ ਵਿਕਾਸ ਹੋਵੇ, ਇਹ ਨਹੀਂ ਕਹਿੰਦੇ ਸਿਰਫ ਇੰਡੀਅਨ ਦਾ ਵਿਕਾਸ ਹੋਵੇ, ਉਹ ਪੂਰੀ ਮਨੁੱਖਤਾ ਦੇ ਵਿਕਾਸ ਦੀ ਜਿਹੜੀ ਗੱਲ ਕਰ ਰਹੇ ਨੇ। ਅੱਜ ਬੜੀ ਗੱਲ ਚੱਲਦੀ ਹੈ ਪਰਸਨੈਲਿਟੀ ਡਿਵੈਲਪਮੈਂਟ ਦੀ। ਮੈਂ ਅਕਸਰ ਕਹਿੰਦਾ ਕਿ ਕਿਸੇ ਟਾਈਮ ਇੰਟੈਲੀਜੈਂਸ ਦੀ ਬੜੀ ਮਹੱਤਤਾ ਹੁੰਦੀ ਸੀ ਸਾਡੀ ਸੁਸਾਇਟੀ 'ਚ ਜਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ 'ਚ ਬੰਦੇ ਦੀ ਸਿਰਫ ਇੰਟੈਲੀਜੈਂਸ ਦੇਖਦੇ ਸੀ। ਫਿਰ ਟਾਈਮ ਆਇਆ ਕਹਿਣ ਲੱਗੇ ਕਿ ਸਿਰਫ ਇੰਟੈਲੀਜੈਂਟ ਇਜ਼ ਨਾਟ ਇਨਫ, ਇਮੋਸ਼ਨਸ ਵੀ ਹੋਣੇ ਚਾਹੀਦੇ ਨੇ। ਜਦੋਂ ਤੁਸੀਂ ਐਜ਼ ਏ ਇਕੱਠੇ ਕੰਮ ਕਰਨਾ ਹੈ ਤਾਂ ਬੰਦੇ ਦੇ ਇੱਕ ਦੂਜੇ ਦੇ ਇਮੋਸ਼ਨਸ ਦੀ ਵੀ ਜਿਹੜੀ ਹੈ ਉਹ ਕਦਰ ਹੋਣੀ ਚਾਹੀਦੀ ਹੈ। ਫਿਰ ਈਕਿਊ ਆ ਗਿਆ, ਔਰ ਹੁਣ 21ਵੀਂ ਸੈਂਚਰੀ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹ IQ EQ ਤੋਂ ਬਾਅਦ ਇੱਕ SQ ਵੀ ਦੇਖਣਾ ਸ਼ੁਰੂ ਕਰਤਾ ਹੈ, ਸਪਿਰਚੁਐਲਿਟੀ। ਹੁਣ ਉਹ SQ ਦੀ ਵੀ ਗੱਲ ਕਰਦੀ ਹੈ। ਔਰ ਕਿਆ ਕਮਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਦਾ ਮੰਤਰ ਜਿਹੜਾ ਹੈ ਉਹ ਦੱਸ ਦਿੱਤਾ ਗਿਆ। ਸਾਈਕੋਲੋਜੀਕਲ ਡਿਵੈਲਪਮੈਂਟ, ਸੋਸ਼ਲ ਡਿਵੈਲਪਮੈਂਟ ਅਤੇ ਸਪਿਰਚੁਅਲ ਡਿਵੈਲਪਮੈਂਟ, ਇਹਨਾਂ ਤਿੰਨਾਂ ਦਾ ਅਗਰ ਆਨਸਰ ਗੁਰੂ ਗ੍ਰੰਥ ਸਾਹਿਬ ਵਿੱਚ ਲੱਭੋ ਤਾਂ ਮਿੰਟਾਂ ਵਿੱਚ ਮਿਲ ਜਾਂਦਾ ਹੈ। ਪਹਿਲੇ ਹੁਣ ਸਮਝੀਏ ਸਾਈਕੋਲੋਜੀਕਲ ਡਿਵੈਲਪਮੈਂਟ ਹੁੰਦੀ ਕੀ ਹੈ। ਸਾਈਕੋਲੋਜੀ ਡਿਵੈਲਪਮੈਂਟ ਮੀਨ ਆਲਵੇਜ਼ ਲਰਨਿੰਗ ਐਂਡ ਗਰੋਇੰਗ। ਮਨੁੱਖ ਦੇ ਅੰਦਰ ਚਾਹਤ ਹੋਣੀ ਚਾਹੀਦੀ ਹੈ ਕਿ ਮੈਂ ਸਿੱਖਣਾ, ਮੇਰੀ ਭਾਵੇਂ ਕੋਈ ਉਮਰ ਹੈ, ਮੈਂ ਜਿੰਨਾ ਮਰਜ਼ੀ ਪੜ੍ਹਿਆ, ਔਰ ਗਰੋਇੰਗ ਅੱਗੇ ਵਧਣਾ। ਸੋਸ਼ਲ ਸਪੈਕਟ ਮੀਨ ਵਨ ਇਜ਼ ਏਬਲ ਟੂ ਹੈਂਡਲ ਆਲ ਰਿਲੇਸ਼ਨਸ, ਸਾਰੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਹੈਂਡਲ ਕਰਨਾ, ਇਹ ਸੋਸ਼ਲ ਜਿਹੜੀ ਪਰਸਨਲ ਡਿਵੈਲਪਮੈਂਟ ਦੀ ਗੱਲ ਹੈ। ਚਾਹੇ ਉਹ ਫੈਮਿਲੀ ਦੇ ਰਿਲੇਸ਼ਨ ਹੋਣ, ਚਾਹੇ ਉਹ ਪ੍ਰੋਫੈਸ਼ਨਲ ਹੋਣ, ਚਾਹੇ ਉਹ ਸੋਸਾਇਟੀ ਨਾਲ ਹੋਣ, ਚਾਹੇ ਉਹ ਇਮੋਸ਼ਨਲ ਹੋਣ। ਔਰ ਤੀਜਾ ਸਪਿਰਚੁਅਲ ਅਸਪੈਕਟ, ਜਿਹੜੀ ਸਪਿਰਚੁਅਲ ਡਿਵੈਲਪਮੈਂਟ ਹੈ ਉਹਦਾ ਮਤਲਬ ਹੁੰਦਾ ਕਿ ਡਿਵਿਨਿਟੀ ਵਿਦ ਇਨ, ਮਤਲਬ ਖੁਦ ਨੂੰ ਖੁਦ ਨਾਲ ਜਾਣਨਾ, ਆਪਣੇ ਆਪੇ ਦਾ ਪਛਾਣਨਾ, ਆਪਣੇ ਆਪੇ ਨੂੰ ਜਾਣਨਾ, ਸਭ ਨੂੰ ਸਪਿਰਚੁਐਲਿਟੀ ਦਾ ਅਤੇ ਸਭ ਨੂੰ ਇੱਕੋ ਜਿਹਾ ਸਮਝਣਾ, ਸਭ ਵਿੱਚ ਰੱਬ ਨੂੰ ਵੇਖਣਾ, ਇਹ ਸਪਿਰਚੁਐਲਿਟੀ ਡਿਵੈਲਪਮੈਂਟ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਿੰਨੋਂ ਡਿਵੈਲਪਮੈਂਟ ਨੂੰ ਅਗਰ ਇਕੱਠਾ ਜਿਸ ਬੰਦੇ ਵਿੱਚ ਆ ਗਿਆ, ਪਰਸਨੈਲਿਟੀ ਡਿਵੈਲਪਮੈਂਟ ਹੋਵੇ, ਗੁਰਮੁਖ ਦਾ ਜਿਹੜਾ ਸ਼ਬਦ ਹੈ ਉਹ ਹੈ ਤਿੰਨ ਜਿਹੜੀਆਂ, ਸਾਈਕੋਲੋਜੀਕਲ ਡਿਵੈਲਪਮੈਂਟ, ਸੋਸ਼ਲ ਡਿਵੈਲਪਮੈਂਟ ਐਂਡ ਸਪਿਰਚੁਅਲ ਡਿਵੈਲਪਮੈਂਟ। ਦੇਖੋ ਜਗਤ ਨੂੰ ਵੇਖਣ ਦੇ ਦੋ ਦ੍ਰਿਸ਼ਟੀਕੋਣ ਨੇ, ਇੱਕ ਮੈਟੀਰੀਅਲਿਜ਼ਮ ਪਦਾਰਥ ਔਰ ਦੂਸਰਾ ਰੂਹਾਨੀ ਸਪਿਰਚੁਅਲ। ਤਾਂ ਇਸ ਜਗਤ ਵਿੱਚ ਮਨੁੱਖ ਨੇ ਕਿਵੇਂ ਵਿਚਰਨਾ ਅਤੇ ਰੂਹਾਨੀਅਤ ਦੀ ਮੰਜ਼ਿਲ ਤੱਕ ਦਾ ਸਫ਼ਰ ਸ਼ੁਰੂ ਕਿਵੇਂ ਕਰਨਾ, ਇਹਦੀ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਧਰਮ ਦੇ ਥੰਬ ਜਿਹੜੇ ਨੇ ਉਸ ਨੂੰ ਸਮਝਣਾ ਹੋਏ ਤਾਂ ਤਿੰਨ ਚੀਜ਼ਾਂ ਨੇ, ਸਰੋਤ, ਸਾਧਨ ਅਤੇ ਪ੍ਰਾਪਤੀ, ਇਹ ਧਾਰਮਿਕ ਜੀਵਨ ਦੇ। ਇਹਨੂੰ ਹੋਰ ਥੋੜ੍ਹਾ ਜਿਹਾ ਸਿੰਪਲ ਕਰਾਂ ਤਾਂ ਇਹ ਤਿੰਨ ਥੰਬ ਕਹਿ ਲਈਏ ਆਪਾਂ, ਇੱਕ ਬ੍ਰਹਮ ਪਰਮਾਤਮਾ, ਬ੍ਰਹਮ ਸੋਰਸ, ਜਗਤ ਜਿਹੜੇ ਨੇ ਇਹ ਸਾਧਨ ਹੈ, ਮੀਨਸ
और फिर जीव सीकर। सोर्स मीनस ते सीकर, ये तीन थम ने इस धर्म दे, या कह लिए आपां कि जीव जगत ते ब्रह्म या ब्रह्म जगत ते जीव, इन दोनों हालातों जिहड़ा जगत है संसार है वह सेंटर विच आ रहा है, जिसनों गुरु नानक साहब ने जपजी साहब दे विच धर्मसाल कहा कि ये जिहड़ा जगत है ये धर्म कमान लई है, ये वैल्यू सिस्टम नाल मोरैलिटी नाल संस्कारां नाल इत्थे आके रहना है। धर्मसाल का वैसे तो मतलब होंगे भी यात्रियों लिए है कि आओ रात रहो फिर चले जाओ, परमानेंट नहीं रह सकते धर्मशाले तो संसार में भी धर्मसाल एक है कि तुसी मनुख नूं ये इनडायरैक्ट वे नाल समझाया गया कि तू इत्थे परमानेंट नहीं रहना, तू आना है तो फिर चले जाना है, इसलिए वैल्यू सिस्टम नाल संस्कारां नाल मोरैलिटी नाल अपनी जिंदगी बतीत कर, और ये जगत ही मनुखी मुक्ति का स्थान है। ये जिहड़ी मुक्ति की गल सालवेशन की गल असी कर रहे सन, जिहड़ी जगत दे विच सचखंड की क्रिएशन करनी है, सचखंड कोई स्थान नहीं है, सचखंड एक सिचुएशन है, तो इस जगत च ही सचखंड की जिहड़ी आपां सिरजना करनी है। तो मैं कह लवां कि गुरु ग्रंथ साहिब जिहड़ा है ये त्रै भवन ते त्रै काल दर्शी है, इंग्लिश च इहनूं कहिंदे ने स्पैक्टेटर ऑफ ऑल टाइम एंड ऑल एग्जिस्टेंस। ये गुरु ग्रंथ साहिब दे विच जिहड़ियां इह गल मैं कर रहा, गुरु ग्रंथ साहिब एक सभ्याचारक क्रांति है, नाल दे नाल मानव मुक्ति का फार्मूला गुरु ग्रंथ साहिब विच मिल जाता है। तुसीं देखो कि 12वीं सदी तो लैके 17वीं सदी तक लगभग 500 साल दे विच जिहड़े जिहड़े भगत होए अलग 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 जोग्राफिकल एरियाज़ दे विच अलग अलग भाषावां नाल संबंधित जिन्ना भी इतिहासक विस्तार है, उन्हां सारयां नूं समाज दे दबे कुचले ते निताने वर्गां दे लोगां नूं दे हक दे विच इहदे विच जिहड़ी गुरु ग्रंथ साहिब च उन्हां दे हक दे विच जिहड़ी आवाज़ जिहड़ी है वह बुलंद कीती गई है। गुरु ग्रंथ साहिब अनुसार जिहड़ा मानवी विकास है उसका ज्ञान शास्त्र की है, वनसवनता डाइवर्सिटी, डाइवर्सिटी विच ताजगी है, नरोआपन है, कितनी खूबसूरत गुरबाणी दे विच इसनों प्रूव कर रही है, रंगी रंगी भाती कर कर जिनसी माया, अलग अलग फुल ने, अलग अलग रंग ने, अलग अलग चेहरे ने, कोई किसी नाल चेहरा नहीं मिल रहा। मैं दी मिसाल दें, असी सलाद बनाने हैं, एक टमाटर खीरा गाजर प्याज सब अलग अलग देखने कितनी सुंदर लगती है, तो जे इस सलाद में मिक्सी पा के सब चीज़ा इकट्ठिया करके इनू मैश कर दईए तो वह वेखी भी नहीं जाएगी। इस तरह असी इस दुनिया नू, इस दृष्टि नू देखिए जिहड़ा गुरु ग्रंथ साहिब सानू रंगी रंगी भाती कर कर जिनसी माया जिन उपाई की गल कर रहा, हारमोनी की गल कर रहा, एक सुरता, फिर एक सुरता जिहड़ी है इहदे उत्ते साडा एक लैक्चर है, इस दे उत्ते असी गल करांगे। तो गुरु ग्रंथ साहिब विच केवल मनुख नाल ही नहीं सारी सृजना नाल रिश्ता बनाने की गल कीती है, पूरी बनस्पति नाल, पूरी जिहड़ी है जानवरों की दुनिया, इस नाल हर एक नाल हारमोनी की गल है, हर एक नाल रिश्ता बनाने की गल गुरु ग्रंथ साहिब ने की है, ऑल लिविंग बीइंग की जिहड़ी गल है वह गुरु ग्रंथ साहिब दे सानूं मिलती है। अज ग्लोबल वार्मिंग जिहड़ी है असी एनवायरमेंट दे लैक्चर विच गल कीती सी कि अज दा सब तो वड्डा खतरा मनुखता की होंद नूं ग्लोबल वार्मिंग नाल है। 400 साल पहले गुरु ग्रंथ साहिब दे विच बनस्पति नाल और बनस्पति नाल संबंधित जिहड़ियां सानूं शब्द मिल जाणगे उहदे नाल इह है कि जे असी उस हिसाब नाल भी अज दुनिया दे विच विचरना शुरू कर दईए। मैं इसलिए कह रहा कि अज दे दिन विच भी गुरु ग्रंथ साहिब की किन्नी वड्डी प्रसंगता है कि यह जिहड़ी ग्लोबल वार्मिंग का जिहड़ा खतरा मंडरा रहा है वह गुरु ग्रंथ साहिब दे विच उसका निदान 400 साल पहले सानूं दस्सिया सी। जिंदगी दे हर पड़ाव दी सेध गुरु ग्रंथ साहिब दे विच है, लाइफ नूं किवें गुजारना है, तुसी लाइफ नूं किवें जीना है, तो किन्नी खूबसूरत पहले भी इत्थे ये लाइन हो चुकी है, हसंदियां खिलंदियां पहनंदियां खवंदियां विच्चे होवे। देखो गुरु ग्रंथ साहिब ने मनुख नूं रोकिया नहीं है कि तू बई पैसा कमा, पैसा कमाने लई नहीं रोकिया, पर जदों इस पैसे नाल तू गलत पासे चला जाएंगे उस वेले जरूर उन्होंने हिदायतां दित्तियां ने, अपनी जिंदगी हसंदियां खिलंदियां पहनंदियां खवंदियां विच्चे होवे मुक्त, फिर अपने फर्जा का अपने अधिकारां का जिम्मेवारियां का सब बारे गुरु ग्रंथ साहिब से दे रहे ने हिदायत देती
गुरमुख परविरत निविरत पहचाने। प्रविरति है इस दुनिया के संसार के इस धरती रेंदे हुए अपने फर्जा का अपने अधिकारां दा। निर्विरति है संसार नूं छड़ना। फिर आदर्शक जीवन लई ग्रस जीवन की गल पहले लैक्चर दे विच होई है। हर पासे अज विकास की गल हो रही है, जिहड़ी पैकेजिस की गल हो रही सी, साडे सारे रिश्ते ही जिहड़े ने मुनस्सर हो गए ने पैकेजिस ते, चाहे वह मैट्रीमोनियल होए, चाहे वह अपने घर के रिश्ते होन। तो एक मॉडल जिथे एक सोसाइटी नूं उच्चा कर रहा है इस ग्लोबलाइजेशन का, एक ऐसा मॉडल साडे विच आ गया है, कित्थे एक सोसाइटी नूं बहुत अग्गे ले जा रहा है, किसे कित्थे ना कित्थे एक सोसाइटी डाउन आ रही है। इस कैपिटलिज़म ने जिथे बहुत उच्चे नूं उच्चा कर दिता, उत्थे स्लम भी पैदा कर दिते। तुसीं कदी नोट करना, कदी अग्गे स्लम होंदे सी शहरों बाहर, फिर शहरां दे विच आ गए, हुण कोठियां दे अग्गे कलोनियां दे अग्गे स्लम आ गया। ये कित्थे ना बैलेंस है, वो बैलेंस जिहड़ा है वो इतना डिस्टर्ब कर दिता गया कि ये अमीर बहुत अमीर हो गया, गरीब बहुत गरीब हो गया। तो गुरु ग्रंथ साहिब की फिलोसफी जिहड़ी कह रही है कि किसी भी समाज की किसी भी देश की दौलत ते ताकत चंद हत्थां च नहीं होनी चाहिए। ये गुरु ग्रंथ साहिब सेध दे रहे हैं। एट प्रेजेंट दुनिया की जिनी दौलत है उसका 50% सिर्फ 85 लोगों को है, बाकी 50% पूरी खत्म। लगभग 1,000 करोड़ के करीब साड़ी पूरे वर्ल्ड की पापूलेशन है। तो जिनी दुनिया के दौलत है, माया कह लो या जितना भी सब कुछ है, वह 50% 85 लोग इंजॉय कर रहे हैं और बाकी 900 कितने करोड़ जेडे ने वो जेडे गरीबी दे विच या इतनी दौलत तो अलग होए हुए हैं। कोऑपरेशन की जगह पर कंपीटिशन अज का जिहड़ा जिहड़ी हकीकी जमीनी है। अगर हुण तुसीं देखो, एक हुंदा मनी मेकिंग होता है मैन मेकिंग, असी मनी मेकिंग दे नाल चल रहे हैं। तो अगर भोग विलासां दे विच मनुख पै जाए तां ताकीद कीती है गुरु ग्रंथ साहिब ने, मनी मेकिंग विच लिपत हो गए या डिज़ायर दे प्रभाव हेठां आ गए, तो फिर वो कह रहे ने बाबा होर खाना खुशी खुआर, जित खादे तन पीड़िए मन में। भैया जिन्ने मर्जी सुख लै रहा है सारे तैनू कित्थे ना कित्थे ये तेरे तैनू खराब करनगे। फिर जेडे पैसे बहुत जमा कर रहे ने, बड़ी हिदायत वधिया देती, जिस ग्रह बहुत तिसे ग्रह चिंता, जिस ग्रह थोरी सो फिरे भवंता, दूहे विस्ता जो मुक्ता सोई सोहेला बारी है। भई जिहदे कोल बहुत पैसा है वह भी परेशान है, जिहदे कोल थोड़ा है वह भी परेशान है, पर जिहड़ा बैलेंस रख के चलेगा इस दुनिया तो इस जहान तो मुक्त हो ही हो रहे हैं। फिर अगे समझा रहा है कि तू दौलत दे पिछे पिया बेटा, गल सुन लै तू, जिन लाई प्रीत सोई फिर खाया, जिन सुख बिठाली तिस बहु बहुत दिखाया, भाई मीत कुटुंब देख बिबादे। देखो 400 साल पहले गुरु ग्रंथ साहिब की संपादना या सिरजना हुई है, और लगता नहीं कि अज जिहड़ियां असी जमीनी हकीकत जो साडे घरां विच हो रहा है, गुरु ग्रंथ साहिब ने 400 साल पहले ये सानू दिखाता लिखा के लिख के। इहदा मतलब है कि जो माया नाल, जो पैसे नाल, जो दौलत नाल प्यार करता है उसनू आखिरकार ये खा जाती है। जो इसनू आराम विच बहालदा है, यानी पैसा धन दौलत जमा करता है, उसनू एक बहुत डराउंदी है। हर वेले डरदे रहने हैं ना, भरा मित्र साख सैन इसनू वेख के झगड़ा करते ने। हो रहा ना हुण घर घर की कहानी कि हर घर दे विच लड़ाई है पैसे पिछे, भरा दे भरा पिछे। रोज़ पढ़ते हाँ पुत्र ने प्यो नू कतल कर दिता है, प्यो ने पुत्र नू कतल कर दिता है फॉर मनी। ए हुणे एक लेडी ने अपने हसबेंड नू मर्डर कर दिता। ए एक हुणे फेसबुक ते दिखा रहे ने कि एक धी अपने बाप नू होस्पिटल विच बाप पिया, उसकी वो जिहड़ी चढ़ रही है ग्लूकोज या दवाई वो उतार रही है कि उसकी मैनू जिहड़ी जायदाद है वो मेरे हिस्से जल्दी आ जाए। तो गुरु ग्रंथ साहिब अनुसार जीवन विच समाज विच पैदा हुई सब समस्यावां दा जिहड़ी चुनौतियां दा टाकरा करन लई हिदायत है। सिर्फ इंडिविजुअल चरित्र नहीं, समाजी वातावरण नूं बदलन दा वी जिहड़ी सेध है गुरु ग्रंथ साहिब दे विच दित्ती है। चाहे वह एक सांझा रब, यूनिटी ऑफ गॉड की गल जदों करदे ने गुरु ग्रंथ साहिब, वननैस की गल करदे ने,
संदेश की है, वननेस इन मैनीनेस, एक हैं अनेक हैं, अनेक हैं फिर एक हैं, ये संदेश है। फिर मैं विनोबा भावे पढ़ रहा सी, उन्हें बड़ी कमाल दियां गल्लां लिखियां, तुहानू इत्थे असीं जपजी साहब दियां किताबां भी बाहर रखियां सी, ते विनोबा भावे दी पहले जिहड़ी एक्नोलेजमेंट है, पहले उहनू पढ़ना, एक सफे दी एक्नोलेजमेंट है। वह कहिंदे ने कि अज दियां जितनियां भी कॉसमिक प्रॉब्लम्स अज जिहड़ियां मनुख दे सामने ने, वह सिर्फ दो शब्दां विच उहनां दा जिहड़ा निदान है, वह है निर्भउ ते निरवैर। वो कहिंदे ने कि जे बंदा निर्भउ ते निरवैर दो शब्दां ते अमल कर ले ते अज पूरे संसार दे पीस आ सकदी है। बैकाहू को देत ने ना बैनता, मनुखी एकता ते भाईचारे दा जड़ा संदेश गुरु ग्रंथ साहिब दे च है, सब को मीत हम अपना कीना हम सब ना के साजन। ये गुरु ग्रंथ साहिब सानू वार वार समझा रहे। एक ओंकार बड़ा समझण वाला एक शब्द है। सियाने कहंदे ने जिहड़े वड्डे वड्डे विद्वान ने कि पूरी गुरु ग्रंथ साहिब दा जिहड़ा अगर समझना होवे तां वो कहंदे ने कि जपजी साहिब पढ़ लो समझ लो तो पूरा गुरु ग्रंथ साहिब तुहानू समझना बड़ा आसान हो जाए। कहंदे जे जपजी साहिब नू समझना तो मूल मंत्र नू समझ लो। मूल मंत्र दा शुरुआत एक ओंकार है, परम सत दा प्रतीक, एक ऐसा चिन्ह है जो ने सारी मनुखता ते ब्रह्मांड एक हो जांदे ने एक ओंकार दे उत्ते। मनुखता विच्चों वितकरे वंडियां तकसीमां धड़ियां व जातियां नस्लां बोलियां सभ्याचारां विच वंडियां जिहड़ियां ने, अगर एक ओंकार नू जिस दिन समझ लिया जाएगा मैनू नहीं लगता कि वंडियां रह जाए। एक ओंकार ने भारतीय आस्तक विचारधारा नू एक नवी सेध दित्ती है। एक ओंकार एकता है, एकता विचारां दी, एकता सिद्धांतां दी, एकता जिहड़ी विश्वास दी, एकता प्रेम प्यार दी, दिलां दी, सारी मनुखता दी। एक ओंकार नूं जदों असी सही मायने विच समझांगे फिर मनुखी बराबरी गुरु ग्रंथ साहिब दे विच सभे संजीव सांझी बाल सदायन तू किसे ना दिसे बाहरा जियो। वैस्ट दे विच जदों जागृति लहर हुई है तो उस लहर दा नारा सी मनुखी बराबरी। आज़ादी तो बाद दूजे स्थान ते वैस्टर्न जिहड़ी फिलोसफी कहिंदी है कि पहली आज़ादी है फिर मनुखी बराबरी है, पर गुरु ग्रंथ साहिब पहले मनुखी बराबरी की गल करता फिर आज़ादी की गल करता। गुरु ग्रंथ साहिब कह रहे हैं कि मनुखी बराबरी तो बिना आज़ादी सोचना भी गलत है। तो जिहड़ी मनुखी बराबरी की गल गुरु ग्रंथ साहिब कह रहे हैं वो बड़ी अहम है। इसनों भी जदों असी गुरु ग्रंथ साहिब दे सैकड़ों शब्द मिल जाएंगे जिदे विच मनुखी बराबरी की ह्यूमन राइट्स की सैकुलरिज़म की जिहड़ी गल है वह सानू मिल जाती है। फिर सच्चा आचरण गुरु ग्रंथ साहिब दे विच ट्रूथ इज़ अबाउ एवरीथिंग, ट्रू करैक्टर इज़ अबाउ आल। सदाचारी मनुख ओ नहीं जिसनू सदाचार दी सदाचारता दी वाकफियत है, सगों है जिहड़ा इसनू अमल विच लियांदा है। तो गुरु ग्रंथ साहिब दी सारी फिलोसफी प्रैक्टिस है, अमल है। किसी भी परिवार, किसी भी समाज, किसी भी कौम, किसी भी देश का जिहड़ा आचरण है वह लोगों के आचरण नाल जिहड़ा वह संबंधित हुंदा है। जे गुरु ग्रंथ साहिब दे फॉलोवर सही मायने विच उसनू पढ़ के अमल विच लियां तां जिहड़ी मैं आचरण की गल कर रहा। फिर गुरु ग्रंथ साहिब दे विच एक तुहाडा व्यापार किहो जिहा होना चाहिए, एक सच्चा पूंजी निवेश किहो जिहा होना चाहिए, एक सच्चा व्यापार किया जाए ये किवें किया जाए, तो उहदा जवाब भी गुरु ग्रंथ साहिब दे विच है। गुरमुख वनज करे प्रभ भावे, पूंजी साबत रास सलामत चूका जम का फा है। यानी ऐसा व्यापार करो, ऐसा वनज करो जिस नाल किसी भी मनुख नाल बेइंसाफी ना होवे। मैं बड़ा हैरान हुन्ना और ये गुरु नानक दे सिद्धांतां ते गुरु ग्रंथ साहिब दा जिहड़ा सारा फिलोसफी है कि नाम जपन तो पहले गुरु नानक ने ये मैनू सिख मैनीफेस्टो भी कह दिना, गुरु नानक साहब ने किरत दा कंसैप्ट कीता और फिर नाम जपो और जो नाम जपेगा फिर वंड छको स्पेस फॉर ऑल दी गल जिहड़ी है। फिर गुरु ग्रंथ साहिब विच प्रेम भाव दी गल, मनुख नू चंगे समाज दी सिरजना लई या मनुख नू नफरत छड के प्यार करन दा इलाही संदेश गुरु ग्रंथ साहिब दे विच है। कोई भी अज असी जिस समाज विच देश विच पूरी दुनिया विच एक दूजे लई जिहड़ी सद्भावना है उस नू कायम रखना है,
ਈਰਖਾ ਤੋਂ, ਵੈਰ ਤੋਂ, ਡਰ ਤੋਂ, ਕਾਇਰਤਾਂ ਤੋਂ, ਸਹਿਮ ਤੋਂ ਦੂਰ ਹੋਣਾ ਤਾਂ ਉਹਦਾ ਜਿਹੜਾ, ਜਾਂ ਟੈਰੋਰਿਜ਼ਮ ਤੋਂ ਦੂਰ ਹੋਣਾ ਤਾਂ ਉਹ ਪੂਰਾ ਜਾਂ ਪੂਰਾ ਜਿਹੜਾ ਮਨੁੱਖਤਾ ਦਾ ਜਿਹੜਾ ਪ੍ਰੇਮ ਭਾਵ ਦਾ ਸੰਦੇਸ਼ ਹੈ ਇੱਕ ਲਾਈਨ ਦੇ ਵਿੱਚ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਗਰ ਇਸ ਨੂੰ ਅਪਣਾ ਲਈਏ ਕਿ ਵੀ ਆਰ ਨਾਟ ਗੁੱਡ, ਨੋ ਵਨ ਇਜ਼ ਬੈਡ, ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਇਹਦੇ ਵਿੱਚ ਮਿਲਦੀਆਂ ਨੇ। ਜੇ ਸਾਰੇ ਵਿਸ਼ਵ ਨੂੰ ਕਲਾਵੇ ਵਿੱਚ ਲੈਣਾ, ਜੇ ਸਭ ਨੂੰ ਆਪਣਾ ਬਣਾਉਣਾ ਤਾਂ ਇਸ ਲਈ ਪ੍ਰੇਮ ਹੀ ਸਭ ਤੋਂ ਵੱਡਾ ਮਾਧਿਅਮ ਹੈ। ਜਿਨ ਪ੍ਰੇਮ ਕੀ ਪ੍ਰਭਾ, ਮੈਂ ਇੱਕ ਪੜ੍ਹ ਰਿਹਾ ਸੀ, ਬੜੀ ਸੋਹਣੀ ਗੱਲ ਉਹਨੇ ਲਿਖੀ ਕਿ ਰਿਨੋਡ ਫਿਜ਼ੀਸ਼ੀਅਨ ਵਨ ਸੈਡ, ਇੱਕ ਵਾਰ ਕਿਸੇ ਬੜੇ ਵੱਡੇ ਫਿਜ਼ੀਸ਼ੀਅਨ ਨੇ ਇੱਕ ਗੱਲ ਕਹੀ, ਦ ਬੈਸਟ ਮੈਡੀਸਨ ਫਾਰ ਹੂਮੈਨ ਇਜ਼ ਲਵ। ਪਰ ਕਿਸੇ ਨੇ ਕਹਿ ਦਿੱਤਾ ਕਿ ਇਫ ਇਟ ਡਜ਼ ਨਾਟ ਵਰਕ, ਉਹ ਕਹਿੰਦਾ ਇਨਕਰੀਜ਼ ਦਾ ਡੋਜ਼, ਡੋਜ਼ ਵਧਾ ਦਿਓ, ਇਟ ਵਿਲ ਵਰਕ। ਤੋ ਜਿਹੜਾ ਪ੍ਰੇਮ ਭਾਵ ਹੈ, ਰਵਿੰਦਰਨਾਥ ਟੈਗੋਰ ਨੇ ਬੜੀ ਖੂਬਸੂਰਤ ਇਸ 'ਤੇ ਗੱਲ ਕਹੀ, ਉਹ ਕਹਿੰਦੇ ਨੇ ਕਿ ਪਰਮਾਤਮਾ ਵੀ ਚਾਹੁੰਦਾ ਕਿ ਮਨੁੱਖ ਉਸਦਾ ਮੰਦਰ ਬਣਾਵੇ, ਪਰ ਮੰਦਰ ਬਣਾਵੇ ਪ੍ਰੇਮ ਦਾ, ਪਿਆਰ ਦਾ, ਪਰ ਮਨੁੱਖ ਮੰਦਰ ਬਣਾਉਂਦਾ ਪੱਥਰ ਦਾ, ਸੰਗਮਰਮਰ ਦਾ, ਸੋਨੇ ਦਾ। ਉਹ ਕਹਿੰਦਾ ਪੱਥਰਾਂ ਨਾਲ ਮੰਦਰ ਬਣ ਤਾਂ ਜਾਂਦੇ ਨੇ ਪਰ ਪੱਥਰਾਂ ਨਾਲ ਸਿਰ ਵੀ ਫਾਟਦੇ ਨੇ, ਔਰ ਵਿਚ ਇਜ਼ ਹੈਪਨਿੰਗ, ਅਸੀਂ ਦੇਖ ਰਹੇ ਹਾਂ। ਤੋ ਸਹੀ ਰਸਤਾ ਪ੍ਰੇਮ ਦਾ ਹੈ, ਮੁਹੱਬਤ ਦਾ ਹੈ, ਪਿਆਰ ਦਾ ਹੈ। ਤਾਂ ਜੇ ਅੱਜ ਦੇ ਟਰਮਸ ਦੇ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ ਤਾਂ ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਹਿਊਮੈਨਿਟੀ, ਇਹ ਗੱਲ ਅਸੀਂ ਵਾਰ ਵਾਰ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਯੂਨੀਵਰਸ। ਤਾਂ ਸੈਕੂਲਰਿਜ਼ਮ ਦੀ ਗੱਲ ਅੱਜ ਬੜੀ ਚੱਲਦੀ ਹੈ, ਇਨਟੋਲਰੈਂਸ ਦਾ ਅੱਜ ਵਿਸ਼ਾ ਹੈ ਸਾਡੇ ਇੰਡੀਆ ਦੇ ਵਿੱਚ। ਤਾਂ ਸੈਕੂਲਰਿਜ਼ਮ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਇਸ ਤੋਂ ਵੱਡੀ ਮਿਸਾਲ ਕਿੱਥੇ ਮਿਲੇਗੀ। ਸੋਸ਼ਲਿਜ਼ਮ ਦੀ ਗੱਲ ਕਰੀਏ, ਵੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਇਕਨੋਮਿਕਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ, ਗਾਲ ਖਾਏ ਕਿ ਛੱਥੋਂ ਦੇ। ਫਿਰ ਐਜੂਕੇਸ਼ਨ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਥਾਂ ਥਾਂ 'ਤੇ ਗਿਆਨ ਦੀ ਗੱਲ ਹੈ, ਗਿਆਨ ਖੰਡ ਦੇ ਵਿੱਚ ਗਿਆਨ ਦੀ ਸਾਰੀ ਗੱਲ ਹੈ। ਫਿਰ ਯੂਨਿਟੀ ਇਨ ਸੋਸ਼ਲ ਲਾਈਫ, ਹੋਏ ਇਕੱਤਰ ਮੇਰੇ ਬਿੱਲ ਭਾਈ, ਦੁਬਿਧਾ ਦੂਰ ਕਰੋ। ਜਦੋਂ ਤੁਸੀਂ ਇੱਕ ਸੋਸ਼ਲ ਲਿਵਿੰਗ 'ਚ ਯੂਨਿਟੀ ਕਰ ਲਓਗੇ, ਤੁਹਾਡੀਆਂ ਸਮਾਜਿਕ ਹਰ ਪ੍ਰੋਬਲਮਸ ਦਾ ਜਿਹੜਾ ਨਿਦਾਨ ਹੈ ਉਹ ਆਟੋਮੈਟਿਕ, ਸੰਗਤ ਦਾ ਕੰਸੈਪਟ ਹੀ ਇਹੀ ਸੀਗਾ। ਫਿਰ ਵੂਮੈਨ ਰਾਈਟਸ ਦੀ ਗੱਲ, ਸਾਡਾ ਵਿਸ਼ਾ ਹੋ ਗਿਆ। ਫਿਰ ਹੂਮੈਨ ਰਾਈਟਸ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹੂਮੈਨ ਰਾਈਟਸ ਤੋਂ ਬਾਅਦ ਸੇਵਾ ਦੀ ਗੱਲ। ਵਿਸ਼ਵ ਪੱਧਰ 'ਤੇ ਅਗਰ ਮਨੁੱਖੀ ਭਾਈਚਾਰੇ ਦੀ ਮੰਜ਼ਿਲ ਹੈ ਉਹ ਰਲ ਮਿਲ ਕੇ ਇੱਕ ਦੂਜੇ ਲਈ ਜੀਣ ਦੀ ਮੰਜ਼ਿਲ ਹੈ, ਤਾਂ ਸਾਨੂੰ ਉਹ ਸੇਵਾ ਦਾ ਜਿਹੜਾ ਕੰਸੈਪਟ ਹੈ ਉਹਦੇ 'ਚ ਇਨਵਾਇਰਮੈਂਟ ਐਂਡ ਨੇਚਰ ਹੋ ਗਿਆ, ਗਲੋਬਲ ਵਾਰਮਿੰਗ ਦੀ ਗੱਲ। ਕਮਿਊਨਿਜ਼ਮ, ਕਮਿਊਨਿਜ਼ਮ ਕੀ ਹੈ ਕਿ ਸਭ ਇੱਕਦਮ ਬਰਾਬਰ ਹੋਣ। ਰਸ਼ੀਆ ਦੇ ਇੱਕ ਬੜੇ ਵੱਡੇ ਵਿਦਵਾਨ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ ਤਾਂ ਉਹ ਕਹਿਣ ਲੱਗਾ ਕਿ ਅਸੀਂ ਤਾਂ ਅੱਜ ਤੱਕ ਇਹ ਸੋਚਿਆ ਸੀ ਕਿ ਰਸ਼ੀਆ ਦਾ ਜਿਹੜਾ ਕਮਿਊਨਿਜ਼ਮ ਹੈ ਇਹਦਾ ਜਨਮਦਾਤਾ ਲੈਨਿਨ ਹੈ, ਪਰ ਕਹਿੰਦੇ ਨਹੀਂ, ਜਦੋਂ ਮੈਂ ਗੁਰੂ ਨਾਨਕ ਪੜ੍ਹਿਆ ਮੈਨੂੰ ਐਂ ਲੱਗਿਆ ਕਮਿਊਨਿਜ਼ਮ ਦਾ ਜਨਮਦਾਤਾ ਗੁਰੂ ਨਾਨਕ ਹੈ। ਕਮਿਊਨਿਜ਼ਮ ਵਿੱਚ ਕੋਈ ਅਮੀਰ ਗਰੀਬ ਨਹੀਂ ਹੈ, ਕਮਿਊਨਿਜ਼ਮ ਵਿੱਚ ਆਲ ਆਰ ਇਕੁਅਲ। ਫਿਰ ਪੋਲੀਟੀਕਲ ਸਿਸਟਮ, ਰਾਜਾ ਕਿਹੋ ਜਿਹਾ ਹੋਣਾ ਚਾਹੀਦਾ, ਪ੍ਰਜਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤੁਹਾਡੇ ਕੀ ਹੱਕ ਹੋਣੇ ਚਾਹੀਦੇ ਨੇ, ਇਹਦੀ ਅਵੇਅਰਨੈਸ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ। ਸਾਡਾ ਇੱਕ ਲੈਕਚਰ ਹੈ ਹਲੇਮੀ ਰਾਜ ਐਂਡ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸਟੇਟ ਦਾ ਕੰਸੈਪਟ, ਉਹਦੇ ਵਿੱਚ ਇਹ ਸਾਰੀਆਂ ਗੱਲਾਂ, ਸਿਰਫ ਸੈਲਫ ਰਿਸਪੈਕਟ ਦੀ ਗੱਲ, ਜੋ ਜੀਵੇ ਪਤਲੱਥੀ ਜਾਏ ਸਭ ਹਰਾਮ ਜੇ ਤਾਂ ਕਿਤ ਖਾਏ। ਟੈਰੋਰਿਜ਼ਮ, ਅੱਜ ਪੂਰੇ ਦੁਨੀਆ ਦੇ ਵਿੱਚ ਟੈਰੋਰਿਜ਼ਮ ਦਾ ਸਭ ਤੋਂ ਵੱਡਾ ਜਿਹੜਾ ਖਤਰਾ ਲੱਗ ਰਿਹਾ, ਔਰ ਕਿਤਨੀ ਮਨੁੱਖ ਟੂ ਮਨੁੱਖ ਵੈਰ ਵਿਰੋਧ ਹੈ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ। ਜਿਸ ਤਰੀਕੇ ਵੀ ਇਹ ਖਤਮ ਹੁੰਦੀ ਹੈ ਟੈਰੋਰਿਜ਼ਮ, ਵੈਰ ਵਿਰੋਧ ਮਨੁੱਖ ਦਾ ਮਨੁੱਖਪਤੀ ਹੁੰਦਾ, ਉਹ ਰੱਬ ਨੂੰ ਕਹਿ ਰਹੇ ਨੇ ਕਿ ਤੂੰ ਉਸ ਨੂੰ ਜਿਹੜਾ ਤਿੱਤੇ ਲਏ ਉਬਾਰ, ਕਿ ਸੇਵ ਬਾਈ ਦਾ ਗ੍ਰੇਸ ਦਾ ਵਰਡ ਇਨ ਫਲੇਮਸ, ਸੇਵ ਇਟ ਥਰੂ ਐਟ ਵਟ ਐਵਰ ਦੋ ਇਟ ਮੇ ਬੀ ਸੇਵਡ, ਜਿਸ ਤਰੀਕੇ ਵੀ ਇਹ ਬਚਦਾ। ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਇਹ ਪੁਕਾਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਨਸ਼ਿਆਂ ਦੀ ਸਮੱਸਿਆ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਸ਼ਿਆਂ ਲਈ ਵੀ ਜਿਹੜੀ ਗੱਲ ਉਹ ਕਹਿੰਦੇ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣ ਸੀ।
ਹੈਂ ਖਸਮਿਕ ਧੱਕੇ ਖਾਏ, ਫਿਰ ਸਾਇੰਸ ਕਿਤੇ ਇੰਦ ਚੰਦ ਸੂਰ, ਕਿਤੇ ਮੰਡਲ ਦੇਸ, ਰੈੱਡ ਕਰੋਸ। ਰੈੱਡ ਕਰੋਸ ਜਦੋਂ ਇਸ ਦੁਨੀਆ ਦੇ ਵਿੱਚ ਆਇਆ, ਉਸ ਤੋਂ 154 ਜਾਂ 55 ਸਾਲ ਪਹਿਲੇ ਭਾਈ ਗਨਈਆ ਦੇ ਰੂਪ ਦੇ ਵਿੱਚ ਸਾਨੂੰ ਆਪਣੇ ਜਿਹੜੇ ਇਤਿਹਾਸ ਦੇ ਵਿੱਚ ਉਹ ਰੈੱਡ ਕਰੋਸ ਮਿਲਦਾ ਹੈ ਕਿ ਪਾਣੀ ਪਿਲਾ ਰਹੇ ਨੇ ਅਤੇ ਗੁਰੂ ਸਾਹਿਬ ਉਸ ਨੂੰ ਮਲਮ ਵੀ ਦੇ ਰਹੇ ਨੇ ਕਿ ਜਿੱਥੇ ਦੁਸ਼ਮਣ ਨੂੰ ਤੂੰ ਪਾਣੀ ਪਿਲਾਉਂਦਾ ਉੱਥੇ ਮਲਮ ਵੀ ਲਗਾ। ਫਿਰ ਅੱਜ ਬੜੀ ਵੱਡੀ ਇੱਕ ਜਿਹੜੀ ਟੈਕਨੋਲੋਜੀ ਆ ਗਈ ਇੰਟਰਫੇਸ ਡਾਇਲੋਗਸ, ਤਾਂ ਅੱਜ ਅਜੋਕੇ ਦੌਰ ਵਿਸ਼ਵ ਦਾ ਸਭ ਤੋਂ ਵੱਡਾ ਮਸਲਾ ਇਹ ਕਿ ਵੱਖ ਵੱਖ ਅੰਤਰਰਾਸ਼ਟਰੀ ਸੱਭਿਆਚਾਰ ਦਾ ਸਵਾਂਦ ਕਿਵੇਂ ਸਥਾਪਿਤ ਹੋਵੇ, ਅਤੇ ਗੁਰੂ ਨਾਨਕ ਸਾਹਿਬ ਉਹ ਇੰਟਰਫੇਸ ਡਾਇਲੋਗ ਦੀ ਜਿਹੜੀ ਗੱਲ ਹੈ, ਚਾਹੇ ਉਹ ਡਾਇਲੋਗ ਸਿੱਧਾਂ ਨਾਲ ਹੋਏ ਨੇ, ਚਾਹੇ ਉਹ ਡਾਇਲੋਗ ਮੱਕੇ ਹੋਏ ਨੇ, ਕਿਆ ਕਮਾਲ ਹੈ, ਕਿਛ ਸਿਨੀਏ ਕਿਛ ਕਹੀਏ ਵਾਲਾ ਜਿਹੜਾ ਸਿਧਾਂਤ ਹੈ, ਉਸ ਸਿਧਾਂਤ ਨੂੰ ਸਿੱਧ ਗੋਸ਼ਟ ਦੇ ਵਿੱਚ ਸਾਰਾ ਜਿਹੜਾ ਕਮਿਊਨੀਕੇਸ਼ਨ ਸਾਇੰਸ ਇਨ ਗੁਰੂ ਗ੍ਰੰਥ ਸਾਹਿਬ, ਇਹ ਸਾਡਾ ਇੱਕ ਟੋਪਿਕ ਹੈ ਅੱਗੇ ਆਏਗਾ। ਫਿਰ ਹੈਲਥ ਲਈ ਅਵੇਅਰਨੈਸ ਜਿਹੜਾ ਅਸੀਂ ਇਹ ਟੋਪਿਕ ਕਰ ਚੁੱਕੇ ਹਾਂ, ਤਾਂ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਇੱਕ ਗੱਲ ਜ਼ਰੂਰ ਕਹਾਂ ਕਿ ਅਗਰ ਕਮਰੇ ਵਿੱਚ ਹਨੇਰਾ ਹੈ ਤਾਂ ਸਭ ਤੋਂ ਵੱਡਾ ਰੂਹਾਨੀ ਕਾਰਜ ਆਕਾਸ਼ ਤੋਂ ਤਾਰੇ ਤੋੜ ਲਿਆਉਣਾ ਨਹੀਂ ਹੈ, ਉਸਦੇ ਬਜਾਏ ਕਮਰੇ ਵਿੱਚ ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਦੀਵਾ ਜਗਾ ਕੇ ਹਨੇਰਾ ਦੂਰ ਕਰਨ ਦੇ ਵਿੱਚ ਹੈ। ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਹੈ, ਇਹ ਸਾਰੀ ਮਨੁੱਖਤਾ ਦੇ ਦਿਲ ਵਿੱਚ ਪਿਆਰ ਦੀ ਸ਼ਮਾ ਰੋਸ਼ਨ ਦੀ ਕਰਨ ਵਾਲੀ ਹੈ, ਉਹਨਾਂ ਨੂੰ ਬਹਾਰ ਅਤੇ ਖੇੜਾ ਲਿਆਉਣ ਵਾਲੀ ਜਿਹੜੀ ਸਾਈਕੋਲੋਜੀ ਹੈ। ਦੇਖੋ ਅੱਜ ਇਸ ਯੁੱਗ ਵਿੱਚ ਜਿਹੜੇ ਲੋਕ ਨੇ, ਨਾਓ ਦੇ ਵਾਂਟ ਪੀਸ, ਪੀਸ ਆਫ ਮਾਈਂਡ, ਭਾਵੇਂ ਜਿੱਥੋਂ ਵੀ ਮਿਲੇ ਉਹ ਬਸ ਭੱਜੇ ਫਿਰਦੇ ਨੇ ਕਿ ਸਾਨੂੰ ਪੀਸ ਆਫ ਮਾਈਂਡ ਮਿਲੇ। ਤਾਂ ਸਾਡਾ ਇਹ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਐਡਾ ਵੱਡਾ ਸਮੁੰਦਰ ਹੈ ਪੀਸ ਆਫ ਮਾਈਂਡ ਦਾ, ਜਿਹੜਾ ਅਸੀਂ ਇੱਕ ਪਾਸੇ ਰੁਮਾਲਿਆਂ ਦੇ ਵਿੱਚ ਬੰਦ ਕਰਕੇ ਰੱਖਿਆ, ਉਸ ਦੀ ਫਿਲੋਸਫੀ ਨੂੰ, ਉਸ ਦੇ ਮੈਸੇਜ ਨੂੰ, ਸਪੈਸ਼ਲੀ ਵੀ ਕਸਟੋਡੀਅਨ, ਵੀ ਆਰ ਦਾ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ, ਪਰ ਆਈ ਐਮ ਸੋਰੀ, ਅਸੀਂ ਮਾਲਕ ਬਣ ਕੇ ਵਿਚਰ ਰਹੇ ਹਾਂ, ਅਸੀਂ ਵੀ ਆਰ ਨਾਟ ਰੀਡਿੰਗ ਇਟ, ਵੀ ਆਰ ਨਾਟ ਅੰਡਰਸਟੈਂਡਿੰਗ ਇਟ, ਵੀ ਆਰ ਨਾਟ ਲਿਵਿੰਗ ਇਟ। ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆ ਦੀ ਹਰ ਪ੍ਰੋਬਲਮ ਦਾ, ਹਰ ਸਮੱਸਿਆ ਦਾ ਸਮਾਧਾਨ ਹੈ, ਨਿਦਾਨ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਜਿਹੜੇ ਕਸਟੋਡੀਅਨ ਹਾਂ, ਇਸ ਦੀ ਫਿਲੋਸਫੀ ਨੂੰ ਸਾਡਾ ਫਰਜ਼ ਹੈ, ਇਖਲਾਕੀ ਫਰਜ਼, ਕਿ ਅਸੀਂ ਦੁਨੀਆ ਤੱਕ ਪਹੁੰਚਾਈਏ। ਕਿਸੇ ਬੜੇ ਵੱਡੇ ਵਿਦਵਾਨ ਨੇ ਇੱਕ ਗੱਲ ਕਹੀ ਸੀ, ਉਹ ਮੇਰੇ ਦਿਲ ਨੂੰ ਛੂ ਗਈ, ਔਰ ਮੈਂ ਹਮੇਸ਼ਾ ਆਪਣੇ ਬੈੱਡਰੂਮ ਵਿੱਚ ਲਗਾ ਕੇ ਉਹ ਲਗਾਈ ਹੈ। ਉਹ ਕਹਿੰਦੇ ਹਨ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਜ਼ ਏ ਵਿੰਡੋ ਔਨ ਦਾ ਕੋਸਮੋਸ, ਕਿ ਗੁਰੂ ਗ੍ਰੰਥ ਸਾਹਿਬ ਹੈ, ਇਹ ਬ੍ਰਹਮੰਡ ਦਾ ਜਾਣ ਵਾਲਾ, ਬ੍ਰਹਮੰਡ ਵੱਲ ਨੂੰ ਜਾਣ ਵਾਲਾ ਇੱਕ ਰਸਤਾ ਹੈ ਭਾਈ, ਬਟ ਵੀ ਦਾ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ ਰਿਡਿਊਸਡ ਇਟ ਟੂ ਪਾਠ ਓਨਲੀ, ਬਸ ਅਸੀਂ ਪਾਠਾਂ ਤੱਕ ਜਿਹੜਾ ਉਹਨੂੰ ਉੱਥੋਂ ਤੱਕ ਸੀਮਤ ਕਰ ਦਿੱਤਾ। ਫੋਰ ਗੋਡ ਸੇਕ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਹੈ ਉਸਨੂੰ ਅੰਡਰਸਟੈਂਡ ਕਰੀਏ, ਉਸਨੂੰ ਫੋਲੋ ਕਰੀਏ, ਉਸਨੂੰ ਪ੍ਰੈਕਟਿਸ ਦੇ ਵਿੱਚ ਲਿਆਈਏ। ਗੁਰੂ ਗ੍ਰੰਥ ਸਾਹਿਬ ਸਾਨੂੰ ਇਤਨਾ ਵੱਡਾ, ਇਤਨਾ ਅਲੱਗ ਤਰ੍ਹਾਂ ਦਾ ਕਲਚਰ ਦੇ ਰਿਹਾ, ਜਿਸ ਨੂੰ ਮੈਂ ਕਹਿੰਦਾ ਅਪ ਦੀਪੋ ਭਵ, ਹਰ ਬੰਦਾ ਆਪਣੇ ਆਪਣਾ ਦੀਵਾ ਆਪ ਬਣੇ। ਜੰਗਲ ਰਾਜ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਕਦੀ ਕਿਸੇ ਟਾਈਮ ਜੰਗਲ ਰਾਜ ਦੇ ਵਿੱਚ ਇੱਕ ਕਾਨੂੰਨ ਹੁੰਦਾ ਕਿ ਈਟ ਆਰ ਬੀ ਈਟਨ, ਪਰ ਜਿਸ ਸਮਾਜ ਵਿੱਚ ਅਸੀਂ ਜੀ ਰਹੇ ਹਾਂ ਉਹਦੇ ਵਿੱਚ ਸਾਨੂੰ ਜਿਹੜਾ ਕਾਨੂੰਨ ਹੈ ਉਹ ਸਾਨੂੰ ਸਮਝਣਾ ਪਏਗਾ, ਉਹ ਹੈ ਡਿਫਾਈਨ ਆਰ ਬੀ ਡਿਫਾਈਨਡ, ਜਾਂ ਆਪਣੇ ਆਪ ਨੂੰ ਡਿਫਾਈਨ ਕਰੋ, ਨਹੀਂ ਤਾਂ ਲੋਕ ਤੁਹਾਨੂੰ ਡਿਫਾਈਨ ਕਰਨਗੇ। ਐਂਡ ਆਈ ਐਮ ਸੋਰੀ, ਵੀ ਆਰ ਬੀਇੰਗ ਡਿਫਾਈਨਡ, ਸਾਨੂੰ ਡਿਫਾਈਨ ਕੀਤਾ ਜਾ ਰਿਹਾ, ਉਹ ਇਸ ਲਈ ਕਿ ਅਸੀਂ ਜਿਹੜਾ ਇੰਨਾ ਵੱਡਾ ਗਿਆਨ ਦਾ ਸਾਗਰ ਹੈ ਉਸਨੂੰ ਅਸੀਂ ਜੱਫਾ ਤਾਂ ਪਾਇਆ ਹੈ, ਪਰ ਉਸਨੂੰ ਪਤਾ ਹੀ ਨਹੀਂ ਸਾਨੂੰ ਉਹਦੇ ਵਿੱਚ ਕੀ ਹੈ। ਬੁੱਧ ਮਹਾਤਮਾ ਬੁੱਧ ਨੇ ਆਪ ਦੀਪੋ ਭਾਵ ਕਿਹਾ ਸੀ, ਔਰ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਸੀ, ਇੱਕ ਮੈਸੇਜ ਦਿੱਤਾ ਸੀ ਕਿ ਮੇਰੇ 'ਤੇ ਮੁਨਸਰ ਨਾ ਰਹਿਣਾ, ਆਪਣੇ ਦੀਵੇ ਆਪ ਬਣੋ। ਅਤੇ ਗੁਰੂ ਗ੍ਰੰਥ ਸਾਹਿਬ ਵੀ ਇਨਡਾਇਰੈਕਟਲੀ ਸਾਨੂੰ ਕਹਿ ਰਹੇ ਨੇ ਕਿ ਸਿਰਫ ਮੇਰੇ 'ਤੇ ਨਾ ਮੁਨਸਰ ਰਹਿਣਾ, ਮੈਨੂੰ ਸਾਰਾ ਸਤਿਕਾਰ ਅਤੇ ਸਾਰਾ ਕੁਛ ਕਰਨ ਦੇ ਬਾਵਜੂਦ ਅਸੀਂ ਆਪਣੇ ਆਪ 'ਤੇ ਮੁਨਸਰ ਅੱਜ ਤੱਕ ਨਹੀਂ ਹੋਏ। ਸਿਰਫ ਮੱਥੇ ਟੇਕਣਾ, ਸਿਰਫ ਪਰਿਕਰਮਾ ਕਰਨੀ, ਉਸ ਤੋਂ ਇੰਨਾ ਅੰਦਰ ਮੱਥੇ ਨਹੀਂ ਟੇਕਣਾ ਜਿੰਨਾ ਆ ਕੇ ਬਾਹਰ ਨਿਸ਼ਾਨ ਸਾਹਿਬ ਦੇ ਨੂੰ ਨੱਕ ਰਗੜਨੇ, ਇਹ ਸਾਡੀ ਦਸ਼ਾ ਬਣ ਚੁੱਕੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਦੇਸ਼ ਹੈ ਇਹ ਸਾਨੂੰ ਲਿਜਾਣਾ ਪਏਗਾ। ਰੈਲੀਵੈਂਸ ਦੀ ਗੱਲ ਆ ਜੀ, ਯੰਗਸਟਰਸ ਕਹਿ ਰਹੇ ਨੇ, ਜੇ ਅੱਜ ਕੋਈ ਸੱਚਾਈ ਦੀ ਰੈਲੀਵੈਂਸ ਹੈ ਤਾਂ ਗੁਰੂ ਗ੍ਰੰਥ ਸਾਹਿਬ ਰੈਲੀਵੈਂਟ ਹੈ।
ਜੇ ਅੱਜ ਕਿਸੇ ਪ੍ਰੇਮ ਪਿਆਰ ਦੇ ਪਿਆਰ ਅੱਜ ਅੱਜ ਦੇ ਜ਼ਮਾਨੇ ਦੇ ਵਿੱਚ ਉਹਦੀ ਕੋਈ ਰੈਲੀਵੈਂਸ ਹੈ ਤਾਂ ਗੁਰੂ ਗ੍ਰੰਥ ਰੈਲੀਵੈਂਟ ਹੈ, ਅਤੇ ਜੇ ਅੱਜ ਕੰਪੈਸ਼ਨ ਸੰਤੋਖ ਦੀ ਰੈਲੀਵੈਂਟ ਹੈ ਤਾਂ ਗੁਰੂ ਗ੍ਰੰਥ ਰੈਲੀਵੈਂਟ ਹੈ, ਜੇ ਗਿਆਨ ਦੀ ਅੱਜ ਕੋਈ ਗੱਲ ਹੈ, ਨੌਲੇਜ ਦੀ ਵਿਚਾਰ ਦੀ ਕੋਈ ਗੱਲ ਹੈ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਰੈਲੀਵੈਂਟ ਹੈ। ਤਾਂ ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਡਾਇਲੋਗ ਵਿਦ ਸੈਲਫ ਹੈ। ਮੈਨੂੰ ਅਕਸਰ ਵੱਡੇ ਵਡੇਰਿਆਂ ਨੇ ਕਿਹਾ ਕਿ ਸੱਚ ਉਹ ਹੀ ਹੈ ਜਿਹੜਾ ਤੁਸੀਂ ਆਪ ਐਕਸਪੀਰੀਅੰਸ ਕੀਤਾ, ਐਂਡ ਯੂ ਬਿਲੀਵ ਮੀ, ਮੈਂ ਜਿਹੜੀ ਗੱਲ ਇੱਥੋਂ ਕਰ ਰਿਹਾ ਇਹ ਐਕਸਪੀਰੀਅੰਸ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਤੁਸੀਂ ਪੜ੍ਹੋਗੇ, ਜਦੋਂ ਪਾਠ ਕਰੋਗੇ, ਸਹੀ ਬਿਰਤੀ ਨਾਲ ਕਰੋਗੇ, ਤਾਂ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚੌਥੀ ਵਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੁਹਾਡੇ ਨਾਲ ਗੱਲਾਂ ਕਰਨਗੇ। ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰੂ ਗ੍ਰੰਥ ਸਾਹਿਬ ਡਾਇਲੋਗ ਕਰਦੇ ਨੇ, ਕਰਕੇ ਦੇਖਣਾ। ਯੂ ਬਿਲੀਵ ਮੀ, ਗੁਰੂ ਗ੍ਰੰਥ ਸਾਹਿਬ ਤੁਹਾਡੀ ਹਰ ਗੱਲ ਦਾ ਜਵਾਬ ਦਿੰਦੇ ਨੇ, ਪਰ ਤੁਹਾਨੂੰ ਉਹ ਕਲਾ ਆਉਣੀ ਚਾਹੀਦੀ ਹੈ, ਜਿਹੜੀ ਆਰਟ ਆਫ ਥਿੰਕਿੰਗ ਹੈ, ਉਹ ਤੁਹਾਨੂੰ ਕਲਾ ਜਿਹੜੀ ਆਉਣੀ ਜ਼ਰੂਰੀ ਗੱਲ ਹੈ। ਅੱਜ ਜ਼ਰੂਰਤ ਹੈ ਦੁਨੀਆ ਨੂੰ ਦੱਸਣ ਦੀ ਕਿ ਗੁਰੂ ਗ੍ਰੰਥ ਸਾਹਿਬ ਲੋਕਾਂ ਦੀ ਰੂਹਾਨੀ ਸ਼ਾਂਤੀ ਅਤੇ ਸੱਚਾਈ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਪੀਪਲ ਸਕ੍ਰਿਪਚਰ ਹੈ। ਇਹਨੂੰ ਕਹਿੰਦੇ ਜਨ ਲੋਕ ਗ੍ਰੰਥ। ਵੱਖ ਵੱਖ ਜਾਤਾਂ, ਵੱਖ ਵੱਖ ਵਰਗਾਂ, ਫਿਰਕਿਆਂ ਅਤੇ ਤਬਕਿਆਂ ਵਿੱਚ, ਵੱਖ ਵੱਖ ਪ੍ਰਾਂਤਾਂ ਵਿੱਚ, ਵੱਖ ਵੱਖ ਵਿਚਾਰਾਂ, ਵੱਖ ਵੱਖ ਭਾਸ਼ਾਵਾਂ ਅਤੇ ਹਿੰਦੁਸਤਾਨੀਆਂ ਲਈ ਇਟ ਇਜ਼ ਏ ਨੈਸ਼ਨਲ ਸਕ੍ਰਿਪਚਰ, ਔਰ ਪੂਰੇ ਵਿਸ਼ਵ 'ਚ, ਪੂਰੇ ਬ੍ਰਹਿਮੰਡ ਵਿੱਚ ਇੱਕ ਰੱਖਣ ਲਈ, ਇਹਨੂੰ ਬ੍ਰਹਿਮੰਡ ਗ੍ਰੰਥ ਵੀ ਕਹਿ ਸਕਦੇ ਹਾਂ, ਕੋਸਮਿਕ ਵਿਜ਼ਨ ਸਕ੍ਰਿਪਚਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਸਕਦੇ ਹਾਂ। ਔਰ ਇੰਨਾ ਵੱਡਾ ਸਾਡੇ ਕੋਲ ਇੱਕ ਗਿਆਨ ਦਾ ਸਾਗਰ ਹੋਵੇ ਔਰ ਅਸੀਂ ਪਿਆਸੇ ਫਿਰ ਰਹੇ ਹਾਂ, ਕਿਤਨੀ ਵਿਡੰਬਨਾ ਹੈ। ਥੋੜ੍ਹਾ ਜਿਹਾ ਸਿਰ ਨੀਵਾਂ ਕਰਕੇ ਆਪਣੇ ਗਿਰੇਬਾਨ ਵਿੱਚ, ਆਪਣੇ ਦਿਲ ਵਿੱਚ, ਆਪਣੇ ਦਿਮਾਗ ਵਿੱਚ ਸੋਚੀਏ ਕਿ ਅਸੀਂ ਕਿਤਨੀ ਭਟਕਣ ਦੇ ਵਿੱਚ ਅੱਜ ਭਟਕ ਰਹੇ ਹਾਂ। ਸਾਡੇ ਬੱਚੇ, ਇਤਨਾ ਬੱਚਿਆਂ ਦਾ ਜਿਹੜਾ ਹੈ ਉਹ ਜੋ ਪ੍ਰੋਬਲਮਸ ਫੇਸ ਕਰ ਰਹੇ ਨੇ। ਅਸੀਂ ਇਸੇ ਲਈ ਆਪਣੇ ਹਰ ਲੈਕਚਰ ਦਾ ਜਿਹੜਾ ਟੌਪਿਕ ਹੈ, ਜਿਹੜਾ ਸਿਰਲੇਖ ਟਾਈਟਲ ਦਿੰਦੇ ਹਾਂ, ਉਹ ਇਸੇ ਲਈ ਦਿੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਇਸ ਵੱਲ ਆਕਰਸ਼ਿਤ ਹੋਣ। ਮਾਡਰਨ ਮੈਨੇਜਮੈਂਟ ਪ੍ਰਿੰਸੀਪਲਸ ਇਨ ਗੁਰੂ ਗ੍ਰੰਥ ਸਾਹਿਬ, ਸਾਇੰਸ ਐਂਡ ਇਨਵਾਇਰਮੈਂਟ ਇਨ ਗੁਰੂ ਗ੍ਰੰਥ ਸਾਹਿਬ, ਸੋਸ਼ਲ ਮਾਡਲ ਇਨ ਗੁਰੂ ਗ੍ਰੰਥ ਸਾਹਿਬ। ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਬੜੇ ਟੌਪਿਕ ਜਿਹੜੇ ਹੋਣਗੇ ਅੱਜ ਦੇ ਮਾਡਰਨ ਤਰੀਕੇ ਨਾਲ ਬੱਚਿਆਂ ਨੂੰ। ਪ੍ਰੋਬਲਮ ਇਹ ਹੀ ਹੈ ਕਿ ਜਿਹੜੀ ਭਾਸ਼ਾ ਗੁਰਦੁਆਰਿਆਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਬੋਲੀ ਜਾ ਰਹੀ ਹੈ ਉਹ ਅੱਜ ਦੇ ਬੱਚੇ ਨਹੀਂ ਸਮਝ ਰਹੇ। ਜਿਹੜੀ ਭਾਸ਼ਾ ਬੱਚੇ ਬੋਲਦੇ ਨੇ ਉਹ ਸਾਡੇ ਜਿਹੜੇ ਪ੍ਰੀਸਟ ਨੇ ਉਹ ਨਹੀਂ ਬੋਲ ਪਾ ਰਹੇ। ਇਹ ਜਿਹੜਾ ਕਮਿਊਨੀਕੇਸ਼ਨ ਗੈਪ ਹੈ, ਇਸ ਨੂੰ ਸਾਨੂੰ ਬੜੀ ਦਿਆਨਤਦਾਰੀ ਨਾਲ, ਬੜੀ ਸਮਝ ਨਾਲ ਸਾਡੇ ਬੱਚਿਆਂ ਤੱਕ ਪਹੁੰਚਾਉਣਾ ਪਏਗਾ। ਤਾਂ ਅਸੀਂ ਇੱਕ ਗੱਲ ਦੇ ਉੱਤੇ ਜਿਹੜੀ ਇੱਥੇ ਅਸੀਂ ਸ਼ੁਰੂ ਕੀਤੀ, ਉਹ ਅਸੀਂ 7-8 ਪੁਆਇੰਟ ਬਣਾਏ। ਉਹਦੇ 'ਚ ਇਹ ਸੀ ਕਿ ਪਹਿਲਾ ਸਭ ਤੋਂ ਹੈ ਲਿਸਨਿੰਗ ਗੁਰਬਾਣੀ, ਗੁਰਬਾਣੀ ਨੂੰ ਸੁਣਨਾ ਜਿਹੜਾ ਉਹ ਅਸੀਂ ਆਪਣੇ ਸ਼ੌਂਕ ਦੇ ਵਿੱਚ, ਆਪਣੀ ਰੋਜ਼ ਦੀ ਦਿਨ ਚਰਿਆ ਦੇ ਵਿੱਚ ਉਸਨੂੰ ਲਿਆਈਏ। ਫਿਰ ਹੈ ਰੀਡਿੰਗ ਗੁਰਬਾਣੀ, ਉਹਨੂੰ ਪੜ੍ਹਨਾ ਵੀ ਜ਼ਰੂਰ ਸਮਝੀਏ। ਫਿਰ ਸਿੰਗਿੰਗ ਗੁਰਬਾਣੀ, ਫਿਰ ਅੰਡਰਸਟੈਂਡਿੰਗ ਗੁਰਬਾਣੀ, ਫਿਰ ਰਿਮੈਂਬਰਿੰਗ ਗੁਰਬਾਣੀ, ਫਿਰ ਫੋਲੋਇੰਗ ਗੁਰਬਾਣੀ। ਜਦੋਂ ਫੋਲੋਇੰਗ 'ਤੇ ਆ ਜਾਵਾਂਗੇ ਨਾ, ਫਿਰ ਉਸ ਤੋਂ ਬਾਅਦ ਫੀਲਿੰਗ ਗੁਰਬਾਣੀ, ਫਿਰ ਉਹ ਆਪਣੇ ਆਪ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਸਾਹ ਆਪਣੇ ਆਪ ਚੱਲ ਰਹੇ ਨੇ ਉਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਅਮਲ ਵਿੱਚ ਆ ਜਾਣਗੇ, ਫਾਰ ਸ਼ੋਰ। ਤੁਸੀਂ ਕਰਕੇ ਦੇਖਣਾ। ਇਹ ਕਹਿੰਦੇ ਨਾ ਕਿ ਤਜਰਬਾ ਵੱਡਾ ਕਿ ਇਲਮ, ਤਾਂ ਸਿਆਣੇ ਸ਼ਾਸਤਰਾਂ ਵਿੱਚ ਇਹੀ ਲਿਖਿਆ ਹੈ ਕਿ ਤਜਰਬਾ ਵੱਡਾ ਇਲਮ ਨਾਲੋਂ। ਤਾਂ ਤਜਰਬਾ ਵੀ ਉਹ ਜਿਹੜਾ ਆਪ ਕੀਤਾ ਹੋਵੇ, ਕਿਸੇ ਦੇ ਤਜਰਬੇ ਤੋਂ ਘੱਟ ਲੋਕ ਹੁੰਦੇ ਨੇ ਜਿਹੜੇ ਸਮਝਣ। ਅਤੇ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਐਕਸਪੀਰੀਅੰਸਿਸ ਦਾ, ਤਜਰਬੇ ਦਾ, ਅਨੁਭਵ ਦਾ, ਇਹ ਸਾਡੇ ਗੁਰੂਆਂ ਦੇ ਅਨੁਭਵ ਦਾ, ਤਜਰਬੇ ਦਾ, ਉਹਨਾਂ ਦੇ ਵਿਚਾਰਾਂ ਦਾ ਜਿਹੜਾ ਇੱਕ ਸੰਗ੍ਰਹਿ ਹੈ, ਜਿਸ ਸੰਗ੍ਰਹਿ ਨੂੰ ਅਸੀਂ ਸਿਰਫ ਰੁਮਾਲਿਆਂ ਤੱਕ ਸੀਮਤ ਕਰ ਦਿੱਤਾ। ਇਹੀ ਬੇਨਤੀ ਹੈ ਇਸ ਗੁਰਮਤਿ ਕਾਲਜ ਦੇ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਕੋਰਸ ਵਿੱਚੋਂ ਕਿ ਇਸ ਨੂੰ ਆਪਾਂ ਸਮਝ ਕੇ ਪੜ੍ਹੀਏ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਵਿੱਚ ਲਿਆਈਏ। ਅਤੇ ਜਿਹੜੀਆਂ
ਅੱਜ ਅਸੀਂ ਦੇਖ ਰਹੇ ਹਾਂ ਆਪਣੀ ਕੌਮ ਦੇ ਵਿੱਚ, ਸਮਾਜ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਪ੍ਰੋਬਲਮਸ, ਉਹਨਾਂ ਪ੍ਰੋਬਲਮਸਾਂ ਤੋਂ ਕਿੱਥੇ ਨਾ ਕਿੱਥੇ ਅਸੀਂ ਨਿਜਾਤ ਪਾਵਾਂਗੇ। ਬੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।